ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ 1 ਅਕਤੂਬਰ ਦਾ ਦਿਨ ਐਤਵਾਰ ਹੈ ਨਾਨਕਸ਼ਹੀ ਸੰਮਤ 555 ਦੇ ਮੁਤਾਬਕ ਅੱਜ 15 ਅੱਸੂ ਹੋ ਗਿਆ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਮੌਸਮ ਦੀ ਜਾਣਕਾਰੀ ਇਹ ਹੈ ਕਿ 6 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਹਿਪੋਕ ਬਾਣੀ ਆਈ ਹੈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਮੌਸਮ ਇਸੇ ਤਰ੍ਹਾਂ ਖੁਸ਼ਕ ਹੀ ਰਹੇਗਾ ਹਾਲਾਂਕਿ ਹੌਲੀ-ਹੌਲੀ ਦਿਨ-ਪ੍ਰਤੀ ਦਿਨ ਮੌਸਮ ਬਦਲ ਜ਼ਰੂਰ ਰਿਹਾ ਹੈ ਹੁਣ ਤੁਹਾਨੂੰ 2000 ਦੇ ਨੋਟ ਨਾਲ ਜੁੜੀ ਅਹਿਮ ਜਾਣਕਾਰੀ ਦੱਸ ਦਿੰਨੇ ਹਾਂ ਉਂਝ ਤਾਂ ਪੂਰੇ ਭਾਰਤ ਦੇ ਵਿੱਚ ਅੱਜ ਤੋਂ 2000 ਦਾ ਨੋਟ ਹੈ ਜਿਹੜਾ ਉਹ ਪੂਰੀ ਤਰ੍ਹਾਂ ਬੰਦ ਹੋ ਜਾਣਾ ਸੀ ਬੈਂਕਾਂ ਦੇ ਵਿੱਚ ਵੀ 30 ਸਤੰਬਰ ਤੱਕ ਹੀ ਨੋਟ ਬਦਲਾਉਣ ਦੀ ਤਾਰੀਖ ਸੀ ਪਰ ਕੱਲ RBI ਨੇ ਇਸ ਤਰੀਕ ਨੂੰ ਵਧਾ ਦਿੱਤਾ ਹੈ ਜੇ ਹਾਲੇ ਵੀ ਤੁਹਾਡੇ ਕੋਲੇ 2000 ਦਾ ਗੁਲਾਬੀ ਰੰਗ ਦਾ ਨੋਟ ਪਿਆ ਹੈ ਤੇ ਤੁਸੀਂ 2000 ਦੇ ਨੋਟ ਨੂੰ ਰੱਦੀ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ 7 ਅਕਤੂਬਰ ਤੱਕ ਬੈਂਕਾਂ ਦੇ ਵਿੱਚ ਇਹ ਨੋਟ ਬਦਲਵਾ ਸਕਦੇ ਹੋ ਜੇ ਹੁਣ ਤੁਸੀਂ ਦੁਕਾਨ ਤੇ ਲੈ ਕੇ ਜਾਓਗੇ ਤਾਂ ਸ਼ਾਇਦ ਦੁਕਾਨਾਂ ਦੇ ਉੱਤੇ ਮਾਲਸ ਦੇ ਵਿੱਚ ਜਾਂ ਕੋਈ ਵੀ ਹੁਣ ਇਹ ਗੁਲਾਬੀ ਰੰਗ ਦਾ ਨੋਟ ਨਹੀਂ ਲਏਗਾ ਕਿਉਂਕਿ ਉਹਨਾਂ ਨੂੰ ਪਤਾ ਕਿ ਬਦਲਾਉਣਾ ਤਾਂ ਪੈਣਾ ਹੀ ਪੈਣਾ ਹੈ ਸੋ ਨੋਟ ਬਦਲਾ ਲਿਓ ਅੱਜ ਤੋਂ ਪੂਰੇ ਭਾਰਤ ਦੇ ਵਿੱਚ ਕਾਰਡ ਪੇਮੈਂਟ ਦੇ ਲਈ ਟੋਕਨਾਈਜੇਸ਼ਨ ਸਿਸਟਮ ਵੀ ਲਾਗੂ ਹੋ ਜਾਏਗਾ ਇਸ ਦੇ ਲਾਗੂ ਹੋਣ ਤੋਂ ਬਾਅਦ ਵਪਾਰੀ ਪੇਮੈਂਟ ਐਗਰੀਗੇਟਰ ਤੇ ਪੇਮੈਂਟ ਗੇਟਵੇ ਹੁਣ ਗਾਹਕ ਦੀ ਗਾਹਕ ਕਾਰਡ ਦੀ ਜਾਣਕਾਰੀ ਸਟੋਰ ਕਰਨ ਦੇ ਯੋਗ ਨਹੀਂ ਹੋਣਗੇ ਯਾਨੀ ਕਿ ਜਦੋਂ ਤੁਸੀਂ ਕੋਈ ਵੀ ਆਨਲਾਈਨ ਪੇਮੈਂਟ ਕਰਦੇ ਹੋ ਤਾਂ ਇੱਕ ਆਪਸ਼ਨ ਆਉਂਦੀ ਹੁੰਦੀ ਹੈ ਕਿ ਇਹ ਜਿਹੜੀ ਜਾਣਕਾਰੀ ਹੈ ਕਿ ਉਹ ਭਵਿੱਖ ਦੇ ਲਈ ਵੀ ਅਸੀਂ ਤੁਹਾਡੀ ਸਟੋਰ ਕਰ ਲਈਏ ਤੇ ਹੁਣ ਇਹ ਜਿਹੜੀ ਆਪਸ਼ਨ ਹੈ ਵਿਕਲਪ ਹੈ ਇਹ ਤੁਹਾਨੂੰ ਨਹੀਂ ਦਿਖੇਗਾ ਜੇ ਦਿਖੇਗਾ ਤਾਂ ਸਮਝ ਲਓ ਤੁਹਾਡੇ ਨਾਲ ਫਰਾਡ ਹੋ ਸਕਦਾ ਹੈ ਕਿਉਂਕਿ ਟੋਕਨਾਈਜ਼ੇਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਦਾ ਉਦੇਸ਼ ਆਨਲਾਈਨ ਬੈਂਕਿੰਗ ਤੋਂ ਖਾਤਾ ਢੀ ਨੂੰ ਹੀ ਰੋਕਣਾ ਹੈ। ਅੱਜ ਤੋਂ ਪੂਰੇ ਭਾਰਤ ਦੇ ਵਿੱਚ ਜਨਮ ਤੇ ਮੌਤ ਦੀ ਰਜਿਸਟ੍ਰੇਸ਼ਨ ਸੋਧ ਐਕਟ ਵੀ ਲੱਗ ਹੋ ਜਾਏਗਾ। ਤੇ ਪੰਜਾਬ ਦੀਆਂ ਬਾਕੀ ਖਬਰਾਂ ਦੱਸਣ ਤੋਂ ਪਹਿਲਾਂ ਅਸੀਂ ਏਸ਼ੀਆਈ ਖੇਡਾਂ ਦੀ ਗੱਲ ਕਰਾਂਗੇ ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਨੇ ਤੇ ਹਾਕੀ ਦੇ ਵਿੱਚ ਭਾਰਤ ਦੀ ਪਾਕਿਸਤਾਨ ਖਿਲਾਫ ਸਭ ਤੋਂ ਵੱਡੀ ਜਿੱਤ ਹੋਈ ਹੈ। ਪੰਜਾਬ ਦੇ ਸ਼ੇਰ ਕਪਤਾਨ ਹਰਮਨਪ੍ਰੀਤ ਸਿੰਘ ਦੇ ਚਾਰ ਗੋਲਾ ਸਦਕਾ ਭਾਰਤੀ ਹਾਕੀ ਟੀਮ ਨੇ ਹਾਂਜ਼ੂ ਏਸ਼ੀਆਈ ਖੇਡਾਂ ਦੇ ਵਿੱਚ ਪੂਲ A ਦੇ ਇੱਕ ਮੈਚ ਵਿੱਚ ਪਾਕਿਸਤਾਨ ਖਿਲਾਫ 10-2 ਗੋਲਾਂ ਦੇ ਅੰਤਰ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦਿਆਂ ਸੈਮੀਫਾਈਨਲ ਦੇ ਵਿੱਚ ਥਾਂ ਬਣਾ ਲਈ ਹੈ ਭਾਰਤੀ ਟੀਮ ਨੇ ਗੁਆਂਡੀ ਮੁਲਕ ਨੂੰ 10-2 ਗੋਲਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਅਗਲਾ ਮੈਚ ਹੁਣ ਕੱਲ ਨੂੰ ਬੰਗਲਾਦੇਸ਼ ਦੇ ਖਿਲਾਫ ਖੇਡਿਆ ਜਾਵੇਗਾ ਭਾਰਤ ਦੀ ਇੰਨੀ ਵੱਡੀ ਜਿੱਤ 41 ਸਾਲਾਂ ਬਾਅਦ ਹੋਈ ਹੈ 41 ਸਾਲ ਪਹਿਲਾਂ ਉਹ ਸਮਾਂ ਵੀ ਸੀ ਜਦੋਂ ਭਾਰਤ ਪਾਕਿਸਤਾਨ ਦੇ ਹੱਥੋਂ ਹਾਰਿਆ ਸੀ ਤੇ ਹੁਣ ਜਾ ਕੇ ਭਾਰਤੀ ਟੀਮ ਨੇ ਹਿਸਾਬ ਬਰਾਬਰ ਕੀਤਾ। ਸਕੁਐਸ਼ ਦੇ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ ਫਾਈਨਲ ਦੇ ਵਿੱਚ ਹਰਾ ਕੇ ਸੋਨਾ ਜਿੱਤ ਲਿਆ। ਭਾਰਤੀ ਖਿਡਾਰੀਆਂ ਨੇ 8 ਸਾਲਾਂ ਬਾਅਦ ਇਹ ਜਿੱਤ ਹਾਸਲ ਕੀਤੀ ਹੈ। ਅਬੈ ਸਿੰਘ ਨੇ ਨੂਰ ਜ਼ਮਾਨ ਨੂੰ 3-2 ਦੇ ਫਰਕ ਨਾਲ ਹਰਾ ਦਿੱਤਾ। ਐਤਕੀ ਖਾਸ ਗੱਲ ਇਹ ਹੈ ਕਿ ਸਾਰੀਆਂ ਖੇਡਾਂ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਪੰਜਾਬ ਦੇ ਸਿੱਖ ਖਿਡਾਰੀ ਦਿਖਾਈ ਦੇਣਗੇ। ਚਾਹੇ ਹਾਕੀ ਹੈ, ਸਕੁਐਸ਼ ਹੈ, ਨਿਸ਼ਾਨੇਬਾਜ਼ੀ ਹੈ। ਟੈਨਿਸ ਦੇ ਵਿੱਚ ਤਜਰਬੇਕਾਰ ਖਿਡਾਰੀ ਰੋਹਨ ਬੁਪੰਨਾ ਅਤੇ ਰਤਜਾ ਭੋਸਲੇ ਦੀ ਜੋੜੀ ਨੇ ਵੀ ਸੋਨਾ ਜਿੱਥੀ ਲਿਆ ਨਿਸ਼ਾਨੇਬਾਜ਼ਾਂ ਨੇ ਤਾਂ ਐਤਕੀ ਸਾਰਿਆਂ ਨੂੰ ਪਿੱਛੇ ਛੱਡ ਰੱਖਿਆ ਨਿਸ਼ਾਨੇਬਾਜ਼ੀ ਦੇ ਵਿੱਚ ਸਰਬਜੋਤ ਅਤੇ ਦਿਬਿਆ ਟੀਐਸ ਨੇ ਏਸ਼ੀਆਈ ਖੇਡਾਂ ਦੇ 10 ਮੀਟਰ 에ਅਰ ਪਿਸਟਲ ਮਿਕਸਡ ਮੁਕਾਬਲੇ ਦੇ ਵਿੱਚ ਦੂਜੀ ਥਾਂ ਤੇ ਰਹਿੰਦਿਆਂ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਵਿੱਚ ਪਾ ਦਿੱਤਾ ਟੇਬਲ ਟੈਨਿਸ ਦੇ ਵਿੱਚ ਸੁਤਿਰਥਾ ਤੇ ਅਹਿਕਾ ਦੀ ਜੋੜੀ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਹੈ ਭਾਰਤ ਨੇ ਚੀਨ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਮੁੱਕੇਬਾਜ਼ੀ ਦੇ ਵਿੱਚ ਪ੍ਰੀਤੀ ਪਵਾਰ ਦਾ 올림픽 ਕੋਟਾ ਤੇ ਤਗਮਾ ਪੱਕਾ ਹੈ ਮਹਿਲਾਵਾਂ ਦੇ 54 ਕਿਲੋ ਭਾਰ ਵਰਗ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਪ੍ਰੀਤੀ ਪਹੁੰਚ ਗਈ ਹੈ ਐਥਲੈਟਿਕਸ ਦੇ ਵਿੱਚ ਇੱਕ ਹੋਰ ਤਗਮਾ ਆ ਗਿਆ ਹੈ ਲੰਬੀ ਦੌੜ ਦੇ ਐਥਲੀਟ ਕਾਰਤਿਕ ਕੁਮਾਰ ਤੇ ਗੁਲਵੀਰ ਸਿੰਘ ਨੇ 10000 ਮੀਟਰ ਦੌੜ ਮੁਕਾਬਲੇ ਚ ਚਾਂਦੀ ਤੇ ਕਾਂਸਾ ਜਿੱਤ ਲਿਆ ਹੈ ਭਾਰਤੀ ਮਹਿਲਾ ਬਾਸਕਟਬਾਲ ਦੀ ਟੀਮ ਵੀ ਕੁਆਟਰਫਾਈਨਲ ਦੇ ਵਿੱਚ ਪਹੁੰਚ ਗਈ ਹੈ ਮਲੇਸ਼ੀਆ ਨੂੰ 16-6 ਦੇ ਨਾਲ ਹਰਾ ਦਿੱਤਾ ਹੈ ਤੇ ਕੁਆਟਰਫਾਈਨਲ ਦੇ ਵਿੱਚ ਮਹਿਲਾ ਟੀਮ ਦਾ ਮੁਕਾਬਲਾ ਚੀਨੀ ਤਾਈਪੇ ਨਾਲ ਹੋਵੇਗਾ weight lifting ਦੇ ਵਿੱਚ ਭਾਰਤੀ weight lifter ਮੀਰਾਬਾਈ ਚਾਨੂੰ ਐਟ ਕੀ ਚੰਗਾ ਪ੍ਰਦਰਸ਼ਨ ਨਹੀਂ ਦਿਖਾ ਸਕੀ ਮਹਿਲਾਵਾਂ ਦੇ 49 ਕਿਲੋ ਭਾਰ ਵਰਗ ਵਿੱਚ ਚਾਨੂੰ ਖੁਦ ਨੂੰ ਸੱਟ ਲਵਾ ਬੈਠੀ ਤੇ ਮੁਕਾਬਲੇ ਦੇ ਵਿੱਚ ਚੌਥੀ ਥਾਂ ਤੇ ਰਹੀ ਕੋਸ਼ਿਸ਼ ਤਾਂ ਚਾਨੂ ਨੇ ਬਹੁਤ ਕੀਤੀ ਪਰ ਸੱਟ ਲੱਗਣ ਕਰਕੇ ਨਹੀਂ ਉੱਠ ਸਕੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹਰ ਸੂਬੇ ਦੇ ਖੇਡ ਮੰਤਰੀ ਨੇ ਖਿਡਾਰੀਆਂ ਨੂੰ ਵਧਾਈਆਂ ਭੇਜੀਆਂ ਨੇ ਹੌਸਲਾ ਫਸਾਈ ਕੀਤੀ ਹੈ ਭਾਰਤ ਦੇ ਹੁਣ ਤੱਕ 10 ਸੋਨਿਆਂ ਦੇ ਨਾਲ ਕੁੱਲ 38 ਤਗਮੇ ਹੋ ਚੁੱਕੇ ਨੇ ਜਦਕਿ ਚੀਨ ਦੇ 210 ਤਗਮੇ ਹੋ ਚੁੱਕੇ ਨੇ ਜਾਪਾਨ ਦੂਜੇ ਨੰਬਰ ਤੇ ਹੈ 104 ਤਗਮਿਆਂ ਦੇ ਨਾਲ ਕਿਉਂਕਿ ਉਹਦੇ ਵਿੱਚ 28 ਸੋਨੇ ਦੇ ਨੇ ਦੱਖਣੀ ਕੋਰੀਆ ਦੇ 27 ਸੋਨੇ ਦੇ ਨੇ ਇਸ ਕਰਕੇ 109 ਤਗਮਿਆਂ ਦੇ ਬਾਵਜੂਦ ਵੀ ਤੀਜੇ ਥਾਂ ਤੇ ਹੈ ਭਾਰਤ ਚੌਥੇ ਆਉਂਦੇ ਹੈ ਅੱਜ 골ਫ ਨਿਸ਼ਾਨੇਬਾਜ਼ੀ ਐਥਲੈਟਿਕਸ ਮੁੱਕੇਬਾਜ਼ੀ ਹਾਕੀ ਤੇ ਬੈਡਮਿੰਟਨ ਦੇ ਮੁਕਾਬਲੇ ਹੋਣਗੇ ਸਭ ਤੋਂ ਰੋਚਕ ਹਾਕੀ ਦਾ ਮੁਕਾਬਲਾ ਰਹੇਗਾ ਇਹ ਮਹਿਲਾਵਾਂ ਦਾ ਮੁਕਾਬਲਾ ਹੈ ਭਾਰਤ ਦਾ ਦੱਖਣੀ ਕੋਰੀਆ ਦੇ ਨਾਲ ਮੈਚ ਖੇਡਿਆ ਜਾਊਗਾ ਵਿਜੀਲੈਂਸ ਵਿਭਾਗ ਦੇ ਵੱਲੋਂ ਕੱਲ ਕੀਤੀ ਇੱਕ ਵੱਡੀ ਕਾਰਵਾਈ ਦੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਕਿ ਫਗਵਾੜਾ ਖੰਡ ਮਿਲ ਦੇ ਸਾਬਕਾ ਐਮ ਡੀ ਨੂੰ ਪਤਨੀ ਤੇ ਪੁੱਤਰ ਸਣੇ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ ਫਗਵਾੜਾ 슈ਗਰ ਮਿਲ ਦੇ ਸਾਬਕਾ ਡਾਇਰੈਕਟਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਜ਼ਮੀਨ ਨੂੰ ਖੁਰਦ-ਬੁਰਦ ਕੀਤਾ ਸੀ ਇਹ ਇਲਜ਼ਾਮ ਲੱਗਿਆ ਹੈ ਜਿਸ ਕਰਕੇ ਅਕਾਲੀ ਲੀਡਰ ਅਤੇ ਵਾਹਦ ਸੰਦਰ 슈ਗਰ ਮਿਲ ਦੇ ਸਾਬਕਾ ਐਮ ਡੀ ਉਹਨਾਂ ਦੀ ਪਤਨੀ ਤੇ ਪੁੱਤ ਨੂੰ ਸਵੇਰੇ ਸਵੇਰੇ ਘਰੋਂ ਚੱਕ ਲਿਆ ਜਰਨੈਲ ਸਿੰਘ ਵਾਹਦ ਸਾਬਕਾ ਮੈਨੇਜਿੰਗ ਡਾਇਰੈਕਟਰ ਵਾਹਦ ਸੰਦਰ 슈ਗਰਸ ਲਿਮਟਿਡ ਫਗਵਾੜਾ ਫਗਵਾੜਾ ਰੁਪਿੰਦਰ ਕੌਰ ਵਾਹਦ ਪਤਨੀ ਜਰਨੈਲ ਸਿੰਘ ਦੀ ਇਹ ਵੀ ਸਾਬਕਾ ਡਾਇਰੈਕਟਰ ਤੇ ਸੰਦੀਪ ਸਿੰਘ ਵਾਹਦ ਇਹ ਜਰਨੈਲ ਸਿੰਘ ਦਾ ਪੁੱਤ ਹੈ ਇਹ ਵੀ 슈ਗਰ ਮਿਲ ਦਾ ਸਾਬਕਾ ਡਾਇਰੈਕਟਰ ਹੈ ਇਹਨਾਂ ਤਿੰਨਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਵਿਜੀਲੈਂਸ ਨੇ ਦੱਸਿਆ ਕਿ ਵਿਭਾਗੀ ਜਾਂਚ ਵਿੱਚ ਸਾਹਮਣੇ ਆਇਆ ਕਿ 9 ਫਰਵਰੀ 1933 ਨੂੰ ਮਹਾਰਾਜਾ ਜਗਤਜੀਤ ਸਿੰਘ ਇਕਰਾਰਨਾਮੇ ਤਹਿਤ ਜਗਤਜੀਤ 슈ਗਰ ਮਿਲ ਲਿਮਟਿਡ ਕੰਪਨੀ ਖੜੀ ਕਰਕੇ 251 ਕਨਾਲਾਂ 18 ਮਰਲੇ ਜ਼ਮੀਨ ਬਿਨਾਂ ਕਿਸੇ ਕੀਮਤ ਬਤੌਰ ਮਾਫ਼ੀ ਜਗਤਜੀਤ 슈ਗਰ ਮਿਲ ਫਗਵਾੜਾ ਨੂੰ 슈ਗਰ ਮਿਲ ਚਲਾਉਣ ਦੇ ਲਈ ਦਿੱਤੀ ਗਈ ਸੀ ਮਾਲਕੀ ਦੇ ਹੱਕ ਵੀ ਸ਼ਰਤਾਂ ਤਹਿਤ ਦਿੱਤੇ ਸਨ ਸਮਝਾਤੇ ਮੁਤਾਬਕ ਇਹ ਜ਼ਮੀਨ ਸਰਕਾਰ ਦੀ ਹੈ ਤੇ ਇਹਨੂੰ ਵੇਚਿਆ ਹੀ ਨਹੀਂ ਜਾ ਸਕਦਾ ਨਾ ਹੀ ਗਹਿਣੇ ਰੱਖਿਆ ਜਾ ਸਕਦਾ ਜੇ 슈ਗਰ ਮਿਲ ਬੰਦ ਹੁੰਦੀ ਹੈ ਤਾਂ ਇਹ ਜ਼ਮੀਨ ਵਾਪਸ ਸਰਕਾਰ ਨੂੰ ਬਿਨਾਂ ਕਿਸੇ ਮੁਆਵਜ਼ੇ ਚਲੀ ਜਾਵੇਗੀ ਉਹਨਾਂ ਦੱਸਿਆ ਕਿ ਜਗਤਜੀਤ ਸਿੰਘ 슈ਗਰ ਮਿਲ ਨੂੰ ਚਲਾਉਣ ਵਾਲੀ ਕੰਪਨੀ ਉਸ ਵਲ ਐਗਰੋ ਲਿਮਟਿਡ ਦੇ ਡਾਇਰੈਕਟਰਾਂ ਨੇ ਇੱਕ ਸਮਝੌਤੇ ਨਾਲ 18 ਅਕਤੂਬਰ 2020 ਨੂੰ ਆਪਣੇ ਅਧਿਕਾਰ ਵਾਹਦ ਸੰਦਰ 슈ਗਰਜ਼ ਲਿਮਟਿਡ ਨੂੰ ਦੇ ਦਿੱਤੇ ਇਸ ਦਰਾਂ ਜਗਤਜੀਤ 슈ਗਰ ਮਿਲਸ ਕੰਪਨੀ ਤੇ ਮੈਸੇਸ ਵਾਹਦ ਸੰਦਰ 슈ਗਰਸ ਲਿਮਟਿਡ ਦੇ ਡਾਇਰੈਕਟਰਾਂ ਨੇ ਮਿਲੀ ਭੁਗ ਦੇ ਨਾਲ ਜਗਤਜੀਤ 슈ਗਰ ਮਿਲਸ ਕੰਪਨੀ ਫਗਵਾੜਾ ਤੋਂ ਮਿੱਲ ਤੇ ਜ਼ਮੀਨ 99 ਸਾਲਾਂ ਦੇ ਲਈ ਬਿਨਾਂ ਸਰਕਾਰ ਦੀ ਮਨਜ਼ੂਰੀ ਲਏ ਵਾਹਦ ਸੰਦਰ 슈ਗਰ ਕੰਪਨੀ ਲਿਮਟਿਡ ਨੂੰ ਲੀਸ ਤੇ ਦੇ ਦਿੱਤੀ ਇਸ ਤਹਿਤ ਇਸ ਪ੍ਰਾਪਰਟੀ ਨੂੰ ਕਰਜ਼ਾ ਲੈਣ ਵਾਸਤੇ ਗਹਿਣੇ ਰੱਖਿਆ ਜਾ ਸਕਦਾ ਹੈ ਤੇ ਇਹਦੇ ਵਿੱਚ ਜਗਤਜੀਤ 슈ਗਰ ਨੂੰ ਕੋਈ 슈ਗਰਸ ਨੂੰ ਕੋਈ ਇਤਰਾਸ ਨਹੀਂ ਹੋਏਗਾ ਇਸ ਦਾ ਮਾਲ ਰਿਕਾਰਡ ਵਿੱਚ ਇਨਰਾਜ਼ ਨਹੀਂ ਕਰਵਾਇਆ ਗਿਆ ਮਿਲ ਦੀ ਸਰਕਾਰੀ ਜ਼ਮੀਨ ਦਾ ਰਕਬਾ 251 ਕਨਾਲਾਂ 18 ਮਰਲੇ ਨੂੰ ਗਹਿਣੇ ਰੱਖ ਕੇ ਵਾਹਦ ਸੰਦਰ 슈ਗਰਸ ਲਿਮਟਿਡ ਨੇ 93 ਕਰੋੜ 94 ਲੱਖ ਦਾ ਕਰਜ਼ਾ ਲਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਿਲ ਦੇ ਡਾਇਰੈਕਟਰਾਂ ਨੇ ਆਪਸੀ ਮਿਲੀ ਭੁਗਤ ਦੇ ਨਾਲ 2010-11 ਦੇ ਵਿੱਚ 슈ਗਰ ਮਿਲ ਪਲਾਜ਼ਾ ਪ੍ਰਾਈਵੇਟ ਲਿਮਟਿਡ 2013-14 ਦੇ ਵਿੱਚ ਫਿਟਨੈਸ ਪ੍ਰਾਈਵੇਟ ਲਿਮਟਿਡ ਦੇ ਨਾਂ ਹੇਠ ਰਜਿਸਟਰ ਕਰਵਾਈ ਜਿਸ ਦੇ ਡਾਇਰੈਕਟਰਾਂ ਨੇ ਆਪਸੀ ਮਿਲੀ ਭੁਗਤ ਨਾਲ ਸਰਕਾਰੀ ਜ਼ਮੀਨ 6 ਕਨਾਲ 4 ਮਰਲੇ ਵੇਚ ਦਿੱਤੀ। 251 ਕਨਾਲ 18 ਮਰਲੇ ਸਟੇਟ ਬੈਂਕ ਆਫ ਇੰਡੀਆ ਇੰਡਸਟਰੀਅਲ ਬ੍ਰਾਂਚ ਲੁਧਿਆਣਾ ਦੇ ਕੋਲ ਗਹਿਣੇ ਰੱਖਤੀ ਤੇ ਸਰਕਾਰੀ ਜ਼ਮੀਨ ਨੂੰ ਖੁਰਦ-ਬੁਰਦ ਕਰਕੇ ਕਥਿਤ ਤੌਰ ਤੇ ਧੋਖਾ ਕੀਤਾ ਤੇ ਫਿਰ ਵਾਹਦ ਸੰਦਰ 슈ਗਰਸ ਨੇ 2013 ਚ ਅਸਲ ਤੱਥਾਂ ਨੂੰ ਸ਼ਿਪਾ ਕੇ ਅਦਾਲਤ ਨੂੰ ਕਥਿਤ ਧੋਖੇ ਚ ਰੱਖ ਕੇ ਸਰਕਾਰੀ ਜ਼ਮੀਨ ਦੀ ਡਿਕਰੀ ਆਪਣੇ ਹੱਕ ਚ ਲੈ ਲਈ ਤੇ ਫਿਰ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਇਹਨਾਂ ਦੇ ਨਾਲ ਡਲ ਕੇ 6 ਕਨਾਲ 4 ਮਰਲੇ ਦੀ ਜ਼ਮੀਨ ਦੀ ਮਲਕੀਅਤ ਸਟੇਟ ਬੈਂਕ ਆਫ ਇੰਡੀਆ ਲੁਧਿਆਣਾ ਨੂੰ ਰਜਿਸਟਰਡ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ 1973 ਵਿੱਚ ਮਿਲਦੀ ਮੈਨੇਜਮੈਂਟ ਵੱਲੋਂ ਕੁਝ ਹਿੱਸੇ ਨੂੰ ਪਲਾਟ ਬਣਾ ਕੇ ਵੇਚਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਨੂੰ ਡੀਸੀ ਵੱਲੋਂ ਰੋਕਿਆ ਗਿਆ। ਸੋ ਮਿਲ ਦੇ ਸਾਬਕਾ ਐਮਡੀ ਅਤੇ ਸੀਨੀਅਰ ਅਕਾਲੀ ਲੀਡਰ ਜਰਨੈਲ ਸਿੰਘ ਵਾਹਦ ਦੀ ਗ੍ਰਿਫਤਾਰੀ ਤੋਂ ਬਾਅਦ ਉਖਤ ਪਾਰਟੀ ਦੀ ਕਿਰਕ੍ਰਿਤਾ ਜ਼ਰੂਰ ਹੋਈ ਹੈ। ਪਤਾ ਲੱਗਿਆ ਕਿ ਜਰਨੈਲ ਸਿੰਘ ਤੇ ਕਿਸਾਨਾਂ ਦੇ ਕਰੀਬ 42 ਕਰੋੜ ਰੁਪਏ ਬਕਾਇਆ ਨਾ ਦੇਣ ਦਾ ਇਲਜ਼ਾਮ ਹੈ ਤੇ 92 ਕਰੋੜ ਤੋਂ ਉੱਤੇ ਬੈਂਕਾਂ ਦਾ ਕਰਜ਼ਾ ਹੈ ਜਿਹੜਾ ਵਾਹਦ ਨੇ ਨਹੀਂ 모ੜਿਆ। ਵਾਹ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਚ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗਣੀ ਕਹੇ ਹੈ ਕਿ ਸਾਡੀ ਸਰਕਾਰ ਸੂਬੇ ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਚਨਬੱਧ ਹੈ ਅਤੇ ਡਿਫਾਲਟਰ 슈ਗਰ ਮਿਲਾ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਕੇ ਅਸੀਂ ਕਿਸਾਨਾਂ ਦੇ ਸਾਰੇ ਪੈਸੇ ਮੋੜਾਂਗੇ ਕੰਗਣੀ ਇਲਜ਼ਾਮ ਲਾਇਆ ਕਿ ਪਿਛਲੀਆਂ ਸਰਕਾਰਾਂ ਚ ਲੋਕ ਸਿਆਸੀ ਸਰਪ੍ਰਸਤੀ ਤੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਕਿਸਾਨਾਂ ਨਾਲ ਧੋਖਾ ਕਰਦੇ ਸੀ ਸਰਕਾਰੀ ਪੈਸੇ ਦੀ ਲੁੱਟ ਕਰਦੇ ਸੀ ਤੇ ਹੁਣ ਸਰਕਾਰ ਉਹਨਾਂ ਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਕਾਰਵਾਈ ਕਰ ਰਹੀ ਹੈ ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੂਬਾ ਸਰਕਾਰ ਨੇ ਝੋਨੇ ਦੀ ਖਰੀਦ ਲਈ ਮੰਡੀਆਂ 'ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਨੇ। ਮੰਡੀ ਬੋਰਡ ਨੇ ਸਵੇਰੇ 1854 ਖਰੀਦ ਕੇਂਦਰ ਨੋਟੀਫਾਈ ਕਰ ਦਿੱਤੇ ਨੇ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਹੋਣ ਦੇ ਆਦੇਸ਼ ਦਿੱਤੇ ਨੇ ਤੇ ਇਸ ਸਾਲ ਸਰਕਾਰ ਨੇ 182 ਲੱਖ ਮੀਟ੍ਰਿਕ ਟਨ ਜੋਨੇ ਦੀ ਆਮਦ ਹੋਣ ਦੀ ਸੰਭਾਵਨਾ ਚ ਦੱਾਈ ਹੈ ਪੰਜਾਬ ਦੇ ਵਿੱਚ ਰੇਲ ਰੁਕੋ ਅੰਦੋਲਨ ਕੱਲ ਸਮਾਪਤ ਹੋ ਗਿਆ ਤਿੰਨ ਦਿਨ ਰੇਲਾਂ ਦਾ ਚੱਕਾ ਪੰਜਾਬ 'ਚ 20 ਥਾਵਾਂ ਤੇ ਜਾਮ ਰਿਹਾ 100 ਤੋਂ ਵੱਧ ਰੇਲਾਂ ਰੱਦ ਰਹੀਆਂ ਤੇ ਰੇਲਵੇ ਨੂੰ 5.5 ਕਰੋੜ ਦਾ ਰਗੜਾ ਤਿੰਨ ਦਿਨਾਂ ਦੇ ਵਿੱਚ ਲੱਗ ਗਿਆ ਭਾਰਤ ਕੈਨੇਡਾ ਵਿਵਾਦ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਕੈਨੇਡਾ ਤੇ ਭਾਰਤ ਮਸਲੇ ਨੂੰ ਜਲਦੀ ਹੱਲ ਕਰ ਲੈਣਗੇ ਐਂਟੋਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਲਾਏ ਦੋਸ਼ਾਂ ਬਾਰੇ ਫਿਕਰਮੰਦ ਨੇ ਤੇ ਇਸ ਮਾਮਲੇ ਬਾਰੇ ਕੈਨੇਡਾ ਦੇ ਨਾਲੋਂ ਨੇੜਿਓਂ ਸੰਪਰਕ ਦੇ ਵਿੱਚ ਨਹੀਂ ਪਰ ਨਾਲ ਹੀ ਉਹ ਭਾਰਤ ਸਰਕਾਰ ਦੇ ਵੀ ਸੰਪਰਕ ਦੇ ਵਿੱਚ ਨੇ ਤੇ ਉਹਨਾਂ ਨੂੰ ਜਾਂਚ ਵਿੱਚ ਕੈਨੇਡਾ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰਨੀ ਜ਼ਰੂਰੀ ਹੈ। ਅਸੀਂ ਆਸ ਕਰਦੇ ਹਾਂ ਕਿ ਦੋਵੇਂ ਮੁਲਕ ਸਾਡੇ ਮਿੱਤਰ ਨੇ ਤੇ ਇਸ ਮਸਲੇ ਦੇ ਹੱਲ ਲਈ ਮਿਲ ਕੇ ਉਹ ਕੰਮ ਕਰਨਗੇ। ਅਮਰੀਕਾ ਦੇ ਵਾਸ਼ਿੰਗਟਨ ਪਹੁੰਚੇ ਹੋਏ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕੱਲ ਅਮਰੀਕਾ ਦੇ ਰੱਖਿਆ ਮੰਤਰੀ ਤਾਲਵੀ ਮੁਲਾਕਾਤ ਕੀਤੀ ਦਵੱਲੇ ਰੱਖਿਆ ਸਹਿਯੋਗ ਤੇ ਕਈ ਸੁਰੱਖਿਆ ਦੇ ਮੁੱਦਿਆਂ ਤੇ ਚਰਚਾ ਵੀ ਕੀਤੀ ਇਸ ਤੋਂ ਪਹਿਲਾਂ ਪਰਸੋਂ ਜਦੋਂ ਐਂਟਨੀ ਬਲਿੰਕਨ ਦੇ ਨਾਲ ਮੁਲਾਕਾਤ ਕੀਤੀ ਸੀ ਤਾਂ ਐਸ ਜੈ ਸ਼ੰਕਰ ਨੇ ਕਿਹਾ ਸੀ ਕਿ ਭਾਰਤ ਅਤੇ ਕੈਨੇਡਾ ਸਰਕਾਰਾਂ ਦੇ ਵਿਚਾਲੇ ਗੱਲਬਾਤ ਜ਼ਰੂਰੀ ਹੈ ਦੋਵਾਂ ਲੀਡਰਾਂ ਦਰਮਿਆਨ ਮੀਟਿੰਗ ਤੋਂ ਬਾਅਦ ਐਸ ਜੈ ਸ਼ੰਕਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਬਿਆਨ ਦਿੱਤੇ ਸਨ ਉਨ੍ਹਾਂ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਦੋਵਾਂ ਮੁਲਕਾਂ ਨੂੰ ਹਰਦੀਪ ਸਿੰਘ ਨਿੱਜਰ ਮਾਮਲੇ ਤੇ ਆਪਣੇ ਵਖਰੇਵਿਆਂ ਨੂੰ ਦੂਰ ਕਰਨ ਦੇ ਲਈ ਇੱਕ ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ ਪਰ ਵੱਡਾ ਮੁੱਦਾ ਕੈਨੇਡੀਅਨ ਸਰਕਾਰ ਦੇ ਵੱਲੋਂ ਅਤਵਾਦ ਕੱਟੜਵਾਦ ਤੇ ਹਿੰਸਾ ਨੂੰ ਹੱਦੋਂ ਵੱਧ ਖੁੱਲ੍ਹ ਦੇਣਾ ਹੈ ਜਿਸ ਤੇ ਗੌਰ ਕਰਕੇ ਹੱਲ ਕੱਢਣ ਦੀ ਲੋੜ ਹੈ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਦੇ ਵਿੱਚ ਜੋ ਵੀ ਹੋ ਹੋਇਆ ਜਾਂ ਹੋਰ ਹੈ ਉਸ ਨੂੰ ਆਮ ਵਰਤਾਰਾ ਨਹੀਂ ਸਮਝਿਆ ਰਹਿਣਾ ਚਾਹੀਦਾ ਤੇ ਫਿਰ ਦੁਹਰਾਇਆ ਕਿ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ ਜੇ ਤੁਸੀਂ ਸਾਨੂੰ ਸਬੂਤ ਦਿੰਦੇ ਹੋ ਤਾਂ ਅਸੀਂ ਜਾਂਚ ਵਿੱਚ ਸਹਿਯੋਗ ਦੇਵਾਂਗੇ ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੱਲ ਅਚਾਨਕ ਬ੍ਰੈਂਪਟਨ ਸਿਟੀ ਸੈਂਟਰ ਪਹੁੰਚੇ ਜਿੱਥੇ ਉਹ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਮਿਲੇ ਤੇ ਉਹਨਾਂ ਦੇ ਵਿਚਾਰ ਸੁਣ ਕੇ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰੋਸਾ ਦਿੱਤਾ ਟਰੂਡੋ ਨੇ ਸਪਸ਼ਟ ਤੌਰ ਤੇ ਕਿਹਾ ਕਿ ਕੈਨੇਡਾ ਦੇ ਸੰਵਿਧਾਨ ਵਿੱਚ ਹਰੇਕ ਨੂੰ ਸ਼ਾਂਤਮਈ ਢੰਗ ਨਾਲ ਨਿੱਜੀ ਵਿਚਾਰ ਪ੍ਰਗਟਾਉਣ ਦਾ ਹੱਕ ਹੈ ਜਿਸ ਦਾ ਸਨਮਾਨ ਕਰਨਾ ਸਾਡੀ ਪਹਿਲ ਰਹੀ ਹੈ ਤੇ ਇਸ ਪਹਿਲ ਨੂੰ ਹਮੇਸ਼ਾ ਅਸੀਂ ਬਰਕਰਾਰ ਰੱਖਾਂਗੇ ਟਰੂਡੋ ਨੇ ਲੋਕਾਂ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੈਨੇਡਾ ਦੇ ਵਿੱਚ ਦੁਨੀਆ ਦੇ ਹਰੇਕ ਦੇਸ਼ ਤੋਂ ਆਏ ਲੋਕ ਵਸਦੇ ਨੇ ਹਰੇਕ ਦੀ ਜ਼ਿੰਦਗੀ ਬਾਰੇ ਨਿੱਜੀ ਵਿਸ਼ਵਾਸ ਨੇ ਜਿਸ ਦਾ ਇੱਕ ਸਾਰ ਸਤਕਾਰ ਕਰਨਾ ਸਰਕਾਰ ਦਾ ਫਰਜ਼ ਹੈ ਸਰਕਾਰ ਕਹਿੰਦੀ ਵਿਅਕਤੀਗਤ ਵਿਤਕਰੇ ਨੂੰ ਕਿਸੇ ਹਾਲਤ ਵਿੱਚ ਵੀ ਬਰਦਾਸ਼ਤ ਨਹੀਂ ਕਰ ਸਕਦੀ ਜਿਹਾ ਕਰਨ ਵਾਲਿਆਂ ਲਈ ਦੇਸ਼ ਦੇ ਸੰਵਿਧਾਨ ਚ ਸਖਤ ਕਾਨੂੰਨ ਨੇ ਬ੍ਰੈਮਟਨ ਦੌਰੇ ਦੌਰਾਨ ਬਹੁਤਾ ਸਮਾਂ ਉਹਨਾਂ ਨੇ ਲੋਕਾਂ ਨਾਲ ਮਿਲਣ ਦੇ ਵਿੱਚ ਗੁਜ਼ਾਰਿਆ ਟਰੂਡੋ ਨੇ ਇੱਕ ਵਾਰੀ ਫੇਰ ਦੁਹਰਾਇਆ ਕਿ ਹਰਦੀਪ ਸਿੰਘ ਨਿੱਜਰ ਮਾਮਲੇ ਵਿੱਚ ਜਾਂਚ ਕਰਤਾਵਾਂ ਦੇ ਹੱਥ ਵਿਦੇਸ਼ੀ ਦਖਲ ਦੇ ਪੁਖਤਾ ਸਬੂਤ ਲੱਗਣ ਤੋਂ ਬਾਅਦ ਹੀ ਉਹਨਾਂ ਨੂੰ ਇਹ ਗੱਲ ਦੁਨੀਆ ਸਾਹਮਣੇ ਲਿਆਉਣ ਲਈ ਮਜਬੂਰ ਹੋਣਾ ਪਿਆ ਤਾਂ ਕਿ ਇਸ ਤਰ੍ਹਾਂ ਦੇ ਮਾੜੇ ਰੁਝਾਨ ਨੂੰ ਇੱਥੇ ਹੀ ਨੱਥ ਪਾਈ ਜਾ ਸਕੇ ਟੋਰਾਂਟੋ ਦਾ ਬ੍ਰੈਮਟਨ ਉਹ ਇਲਾਕਾ ਹੈ ਜਿੱਥੇ ਪੰਜਾਬੀਆਂ ਦੀ ਵ ਦੀ ਵਸੋਂ ਹੈ ਪ੍ਰਧਾਨ ਮੰਤਰੀ ਦੀ ਆਮਦ ਬਾਰੇ ਪਤਾ ਲੱਗਣ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਸਨ ਇਥੇ ਵਸਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸਰਕਾਰ ਵੱਲੋਂ ਉਹਨਾਂ ਦੀ ਸੁਰੱਖਿਆ ਨੂੰ ਅਣਗੌਲਿਆ ਨਾ ਕੀਤੇ ਜਾਣ ਦੀ ਵੀ ਮੰਗ ਕੀਤੀ ਤਾਂ ਟਰੂਡੋ ਨੇ ਸਭ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਹ ਧਰਤੀ ਤੁਹਾਡੀ ਹੈ ਤੁਸੀਂ ਹੱਕ ਨਾਲ ਸੁਰੱਖਿਆ ਨਾਲ ਇੱਥੇ ਰਹਿ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਨੀਦਰਲੈਂਡ ਦੀ ਸਫੀਰ ਮਰੀਸਾ ਗਿਰਾਰਡਸ ਦੇ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਸਫੀਰ ਨੇ ਮਾਨ ਨੂੰ ਪਹਿਲੀ ਅਕਤੂਬਰ ਨੂੰ ਯਾਨੀ ਕਿ ਅੱਜ ਰਾਜਪੁਰਾ ਵਿੱਚ 138 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਣ ਦਾ ਸੱਦਾ ਦਿੱਤਾ ਜਿਸ ਨੂੰ ਸੀਐਮ ਨੇ ਪ੍ਰਵਾਨ ਕਰ ਲਿਆ ਅੱਜ ਮੁੱਖ ਮੰਤਰੀ ਰਾਜਪੁਰਾ ਦੇ ਵਿੱਚ ਇਸ ਪਲਾਂਟ ਦਾ ਨੀਂਹ ਪੱਥਰ ਰੱਖਣਗੇ ਇਹ ਪਲਾਂਟ ਹਾਲੈਂਡ ਦੀ ਕੰਪਨੀ ਲਾ ਰਹੀ Yeah. ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਥਾਰ ਦੇ ਨਾਲ ਰੇਲਾਂ ਦਾ ਚੱਕਾ ਜਿਹੜਾ ਜਾਮ ਕੀਤਾ ਗਿਆ ਸੀ ਉਸ ਨੂੰ ਖੋਲ ਦਿੱਤਾ ਗਿਆ ਰੇਲਾਂ ਚੱਲ ਪਈਆਂ ਨੇ ਹੜ੍ਹਾਂ ਦੇ ਮੁਆਵਜ਼ੇ ਨੂੰ ਲੈ ਕੇ ਪੰਜਾਬ ਸਮੇਤ ਉੱਤਰੀ ਭਾਰਤ ਦੇ 6 ਸੂਬਿਆਂ ਦੀਆਂ ਉਨੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਾਇਆ ਰੇਲ ਰੋਕੋ ਅੰਦੋਲਨ ਸ਼ਾਮ ਨੂੰ 4 ਵਜੇ ਸਮਾਪਤ ਹੋ ਗਿਆ 3 ਦਿਨਾਂ ਤੋਂ ਵੀ ਥਾਵਾਂ ਤੇ ਕਿਸਾਨ ਰੇਲ ਟਰੈਕ ਜਾਮ ਕਰਕੇ ਬੈਠੇ ਸੀ ਜਿਵੇਂ ਸ਼ਾਮ ਦੇ 4 ਵਜੇ ਤਾਂ ਪਟੜੀਆਂ ਖਾਲੀ ਕਰ ਦਿੱਤੀਆਂ ਗਈਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵੰਦ ਸਿੰਘ ਸਬਰਾ ਨੇ ਕਿਹਾ ਕਿ ਭਾਵੇਂ ਅੰਦੋਲਨ 3 ਦਿਨ ਸੀ ਪਰ ਇਹਦੇ ਵਿੱਚੋਂ ਅਸੀਂ ਬਹੁਤ ਕੁਝ ਖਟਿਆ ਹੈ ਪਰ ਇਹਨਾਂ ਮੋਰਚਿਆਂ ਦੇ ਵਿੱਚੋਂ ਜੋ ਕੁਝ ਕੱਢ ਕੇ ਚੱਲੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਦੀ ਸਰਕਾਰ ਦੀ ਗਲੇ ਦੀ ਹੱਡੀ ਬਣਾ ਦੇਣਗੇ ਦੇਸ਼ ਦੇ ਲੋਕ ਕਿਉਂਕਿ ਅੱਜ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਦੁਕਾਨਦਾਰ ਹਰੇਕ ਵਗਦ ਵਰਗ ਲਘੂ ਉਦਯੋਗ ਵਾਲੇ ਸਾਰੇ ਇਕੱਠੇ ਆ ਹਰਿਆਣੇ ਦੇ ਵਿੱਚ ਮੋਰਚਾ ਖੁੱਲ ਚੁੱਕਾ ਵਾ ਔਰ ਇਹ ਮੋਰਚਾ ਅਗੇ ਜੁਪੀ ਨੂੰ ਰਾਜਸਥਾਨ ਨੂੰ ਐਮਪੀ ਨੂੰ ਹਿਮਾਚਲ ਨੂੰ ਪੂਰਾ ਉੱਤਰ ਭਾਰਤ ਦੇ ਵਿੱਚ ਤਾਂ ਚਲੇ ਗਿਆ ਪੂਰੇ ਭਾਰ ਦੇ ਵਿੱਚ ਜਾਊਗਾ ਦੂਜਾ ਮੋਰਚਾ ਸ਼ੁਰੂ ਕਰਵਾਉਣਾ ਅੰਦੋਲਨ ਅੰਦੋਲਨ ਜਿਹੜਾ ਮੋਦੀ ਨੇ ਉਹ ਆਪਦੀ ਤਿਆਰੀ ਕਰ ਲਵੇ ਕਿਉਂਕਿ ਪਹਿਲੇ ਮੋਰਚੇ ਦੇ ਵਿੱਚ ਭਾਰ ਦੇ ਲੋਕ ਜਿੱਤ ਕੇ ਉੱਠੇ ਸੀਗੇ ਔਰ ਇਸ ਮੋਰਚੇ ਦੇ ਵਿੱਚ ਵੀ ਵਾੜਦੇ ਲੋਕ ਜਿੱਤਣਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਤੇ 18 ਜਥੇਬੰਦੀਆਂ ਦੀ ਤਾਲਮਿਲ ਕਮੇਟੀ ਦੇ ਮੈਂਬਰ ਸਰਵੰਤ ਸਿੰਘ ਪੰਦੇਰ ਨੇ ਦੱਸਿਆ ਕਿ ਪੰਜਾਬ ਦੇ ਵਿੱਚ 20 ਤੇ ਹਰਿਆਣਾ ਦੇ ਵਿੱਚ ਅੰਬਾਲਾ ਦੇ ਵਿੱਚ ਰੇਲ ਰੋਕੋ ਜਿਹੜਾ ਮੋਰਚਾ ਹੈ ਉਹ ਸਫਲ ਰਿਹਾ ਹੈ ਇਸ ਮੌਕੇ ਕਿਸਾਨਾਂ ਮਜ਼ਦੂਰਾਂ ਦੇ ਵੱਲੋਂ ਦੇਵੀਦਾਸਪੁਰਾ ਰੇਲ 트랙 ਤੇ ਨੰਗੇ ਧੜ ਬਹਿ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਬੱਚਿਆਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਠੂਠੇ ਫੜ ਕੇ ਸੰਕੇਤਕ ਪ੍ਰਦਰਸ਼ਨ ਕਰਦੇ ਹੋਏ ਠੂਠੇ ਤੋੜ ਕੇ ਕਿਹਾ ਕਿ ਮੋਦੀ ਸਰਕਾਰ ਇਸ ਤਰ੍ਹਾਂ ਲੋਕਾਂ ਨੂੰ ਠੁੱਠੇ ਫੜ ਭਿਖਾਰੀ ਬਣਾਉਣ ਦੇ ਰਾਹ ਤੇ ਹੈ ਪਰ ਦੇਸ਼ ਦਾ ਕਿਸਾਨ ਮਜ਼ਦੂਰ ਇਹ ਨਹੀਂ ਹੋਣ ਦੇਵੇਗਾ ਅੱਜ ਅਸੀਂ ਦੇਵੀ ਦਾਸਪੁਰਾ ਰੇਲ ਟ੍ਰੈਕ ਤੇ ਆ ਕਿਸਾਨਾਂ ਬੱਚਿਆਂ ਤੇ ਮਜ਼ਦੂਰਾਂ ਦੇ ਹੱਥ ਵਿੱਚ ਠੁੱਠੇ ਫੜਾ ਕੇ ਅਨੋਖਾ ਪ੍ਰਦਰਸ਼ਨ ਕੀਤਾ ਵੀ ਜਿਹੜੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਤਹਿਤ ਸਾਡੀ ਮੋਦੀ ਸਰਕਾਰ ਲੈ ਕੇ ਆ ਰਹੀ ਵਰਲਡ ਬੈਂਕ ਦੇ ਦਬਾਅ ਹਟ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਹੱਥਾਂ ਵਿੱਚ ਠੁੱਠੇ ਫੜਾਉਣੇ ਆ ਉਦੋਂ ਬਾਅਦ ਅਸੀਂ ਠੂਠੇ ਭੰਨੇ ਆ ਵੀ ਜਦੋਂ ਤੱਕ ਕਿਸਾਨ ਮਜ਼ਦੂਰ ਜਿੰਦੇ ਹੈਗੇ ਆ ਕਦੇ ਵੀ ਜਿੰਦੇ ਜੀ ਮੋਦੀ ਸਰਕਾਰ ਜ਼ੋਰ ਲਾਵੇ ਠੂਠੇ ਹੱਥਾਂ 'ਚ ਨਹੀਂ ਫੜਾਂਗੇ ਕਿਸਾਨਾਂ ਮਜ਼ਦੂਰਾਂ ਨੂੰ ਮੰਗਣ ਵਾਸਤੇ ਮਜਬੂਰ ਨਹੀਂ ਹੁੰਦੇਾਂਗੇ ਅਸੀਂ ਉਹਨਾਂ ਖਿਲਾਫ ਸੰਘਰਸ਼ ਕਰਾਂਗੇ ਇਹ ਲੋਕਤੰਤਰ ਆ ਇਸ ਦੇਸ਼ ਵਿੱਚ ਔਰ ਜੜੀ ਸਰਕਾਰ ਸਾਡੀ ਆਵਾਜ਼ ਦਾ ਸਨਮਾਨ ਨਹੀਂ ਕਰੂਗੀ ਉਹ ਸੱਤਾ ਵੀ ਹਾਸਲ ਨਹੀਂ ਕਰੂਗੀ ਅਸੀਂ ਦੇਸ਼ ਵਾਸੀਆਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਸਰਵਣ ਸਿੰਘ ਪੰਦੇਰ ਨੇ ਇਹ ਵੀਡੀਓ ਵੀ ਦਿਖਾਈ ਹੈ ਜਦੋਂ ਰੇਲਵੇ ਟਰੈਕ ਦੇ ਨਾਲ ਖੜੇ ਨੇ ਤੇ ਉੱਥੋਂ ਰੇਲ ਗੱਡੀ ਲੰਘ ਰਹੀ ਹੈ ਯਾਨੀ ਕਿ ਇਹ ਸਪਸ਼ਟ ਹੈ ਕਿ ਜਿੱਥੇ-ਜਿੱਥੇ ਵੀ ਰੇਲਵੇ ਟਰੈਕ ਰੋਕੇ ਗਏ ਸੀ 100 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਸੀ ਉਹ ਸਾਰੀਆਂ ਚੱਲ ਪਈਆਂ ਨੇ ਹਰਿਆਣਾ ਦੇ ਅੰਬਾਲਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਸੱਦੇ ਤੇ ਕਿਸਾਨ ਨੈਸ਼ਨਲ ਹਾਈਵੇ 152 ਡੀ ਪੁਲ ਦੇ ਹੇਠਾਂ ਰੇਲਵੇ ਟਰੈਕ ਤੇ ਬੈਠੇ ਪਿੰਡ ਖੇਲ ਵਿਖੇ ਸ਼ੰਭੂ ਟੋਲ ਪਲਾਜ਼ਾ ਨੇੜੇ ਕਿਸਾਨ ਟਰੈਕ ਕਿਸਾਨਾਂ ਨੇ ਟਰੈਕ ਜੰਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਸੋ ਕਿਸਾਨਾਂ ਦੇ ਮੁਤਾਬਕ ਇਹ ਰੇਲ ਰੋਕੋ ਅੰਦੋਲਨ ਹੈ ਜਿਹੜਾ ਉਹ ਸਫਲ ਰਿਹਾ ਤੇ ਹੁਣ 23 ਤੇ 24 ਅਕਤੂਬਰ ਨੂੰ ਕਿਸਾਨ ਦੁਸ਼ਹਿਰਾ ਮਨਾਉਣਗੇ ਕਿਸਾਨੀ ਦੁਸ਼ਹਿਰਾ ਜਿਸ ਦੇ ਚਲਦਿਆਂ ਦੇਸ਼ ਭਰ ਦੇ ਵਿੱਚ ਸੈਂਟਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਦਿਓ ਕੱਦ ਪੁਤਲੇ ਫੂਕੇ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਮੋਢੀ ਅਤੇ ਖੇਤੀਬਾੜੀ ਵਿਗਿਆਨੀ ਡਾਕਟਰ ਐਮ ਐਸ ਸੁਆਮੀਨਾਥਨ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਦੌਰਾਨ ਪੁਲਿਸ ਦੀ ਟੁਕੜੀ ਨੇ ਉਹਨਾਂ ਨੂੰ ਸਲਾਮੀ ਦਿੱਤੀ ਸੁਆਮੀਨਾਥਨ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵਿਸ਼ਾਂਤਨਗਰ ਇਲੈਕਟ੍ਰਿਕ ਸ਼ਮਸ਼ਾਨਖਾਨੇ ਦੇ ਵਿੱਚ ਕੀਤਾ ਗਿਆ ਸੁਆਮੀ ਨਾਥਨ ਦਾ ਵੀਰਵਾਰ ਨੂੰ ਚੇਨਈ ਦੇ ਵਿੱਚ ਦਿਹਾਂਤ ਹੋ ਗਿਆ ਸੀ 98 ਸਾਲ ਦੀ ਉਮਰ ਸੀ ਕਿਸਾਨ ਸਫਾਂ ਦੇ ਵਿੱਚ ਡਾਕਟਰ ਸੁਆਮੀ ਨਾਥਨ ਨੂੰ ਸੁਆਮੀ ਨਾਥਨ ਰਿਪੋਰਟ ਕਰਕੇ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਅਮਰੀਕਾ ਦੇ ਮਰਹੂਮ ਰੈਪਰ ਟੁਪੈਕ ਸ਼ਕੂਰ ਦੇ ਮਾਮਲੇ ਦੇ ਵਿੱਚ ਇੱਕ ਮੁੱਖ ਦੋਸ਼ੀ ਨੂੰ ਪੁਲਿਸ ਨੇ 27 ਸਾਲਾਂ ਬਾਅਦ ਗ੍ਰਿਫਤਾਰ ਕੀਤਾ ਹੈ ਅਮਰੀਕਾ ਦੀ ਪੁਲਿਸ ਨੇ 1996 ਦੇ ਵਿੱਚ ਹੋਏ ਗਾਇਕ ਟੁਪੈਕ ਸ਼ਕੂਰ ਦੇ ਕੇਸ ਦੇ ਵਿੱਚ ਇੱਕ ਗੈਂਗ ਲੀਡਰ ਨੂੰ ਗ੍ਰਿਫਤਾਰ ਕੀਤਾ ਹੈ 60 ਸਾਲਾ ਡੁਇਨ ਕੈਫੀਡੀ ਡੇਵਿਸ ਨੂੰ ਇੱਕ ਮਾਰੂ ਹਥਿਆਰ ਨਾਲ ਖਤਮ ਕੀਤੇ ਜਾਣ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਦੋਸ਼ੀ ਠਹਿਰਾਇਆ ਗਿਆ ਹੈ ਹਾਲਾਂਕਿ ਕਈ ਮੁਲਜ਼ਮ ਇਸ ਦੁਨੀਆ ਤੋਂ ਜਾ ਚੁੱਕੇ ਨੇ ਟੁਪੈਕ ਸ਼ਿਕੋਰੀ ਅਮਰੀਕੀ ਗਾਇਕ ਸੀ ਜੋ ਮੁੱਖ ਤੌਰ ਤੇ ਰੈਪ ਗੀਤ ਗਾਉਂਦਾ ਸੀ ਛੋਟੀ ਉਮਰ ਦੇ ਵਿੱਚ ਹੀ ਉਸਨੇ ਸੰਗੀਤ ਜਗਤ ਦੇ ਵਿੱਚ ਦੁਨੀਆ ਭਰ ਚ ਚੰਗਾ ਨਾਮ ਕਮਾਇਆ ਸੀ 7 ਸਤੰਬਰ 1996 ਦਾ ਦਿਨ ਸੀ ਜਦੋਂ ਅਮਰੀਕਾ ਦੇ ਲਾਸ ਵੇਗਾਸ ਦੇ ਵਿੱਚ ਗੋਲੀਆਂ ਮਾਰ ਕੇ ਟੁਪੈਕ ਨੂੰ ਖਤਮ ਕਰ ਦਿੱਤਾ ਗਿਆ ਸੀ ਜਿਸ ਵਕਤ ਉਸਨੂੰ ਮਾਰਿਆ ਗਿਆ ਉਮਰ ਸਿਰਫ 25 ਸਾਲ ਸੀ ਉਮਾਇਕ ਟਾਈਸਨ ਦਾ ਇੱਕ ਬਾਕਸਿੰਗ ਮੈਚ ਦੇਖ ਕੇ ਵਾਪਸ ਆ ਰਹੇ ਸੀ ਤੇ ਹਮਲਾਵਰਾਂ ਨੇ ਉਹਨਾਂ ਦੀ ਕਾਰ ਤੇ ਹਮਲਾ ਕੀਤਾ ਇਸ ਘਟਨਾ ਦੇ ਵਿੱਚ ਟੁਪੈਕ ਨਹੀਂ ਬਚ ਸਕਿਆ ਟੁਪੈਕ ਸ਼ਕੂਡਾ ਸੰਗੀਤ ਅਕਸਰ 90ਵਿਆਂ ਦੌਰਾਨ ਹਿੰਸਾ ਤੇ ਨਸ਼ੀਲੇ ਪਦਾਰਥਾਂ ਦੀ ਗੱਲ ਕਰਦਾ ਸੀ ਪੁਲਿਸ ਮੁਤਾਬਕ ਸ਼ਕੂਰ ਅਤੇ ਕੈਫੇ ਦੇ ਭਤੀਜੇ ਦਰਮਿਆਨ ਇੱਕ ਕਸੀਨੋ ਦੇ ਵਿੱਚ ਕੁਝ ਲੜਾਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕੈਫੇ ਨੇ ਇਸ 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 ਵਾਰਦਾਤ ਦੀ ਯੋਜਨਾ ਬਣਾਈ डेविस ਨੂੰ ਸ਼ੁੱਕਰਵਾਰ ਤੜਕੇ ਉਸ ਦੀ ਲਾਸ ਵੇਗਾ ਸਥਿਤ ਰਿਹائش ਦੇ ਨੇੜੇੋਂ ਕੱਲ ਗ੍ਰਿਫਤਾਰ ਕੀਤਾ ਗਿਆ ਕੁਝ ਦਿਨਾਂ ਦੇ ਅੰਦਰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਲਾਸ ਵੇਗਾਸ ਪੁਲਿਸ ਨੇ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਹੈ ਤੇ ਪੰਜਾਬ ਦੇ ਵਿੱਚ ਟੁਪੈਕ ਨੂੰ ਖਾਸ ਤੌਰ ਤੇ ਮਰਹੂਮ ਪੰਜਾਬੀ ਗਾਇਕ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਕਰਕੇ ਪਛਾਣਿਆ ਜਾਂਦਾ ਹੈ ਜਾਣਿਆ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਪੰਜਾਬੀ ਲੋਕ ਨੇ ਜਿਹੜੇ ਉਹ ਅੰਗਰੇਜ਼ੀ ਗਾਣੇ ਨਹੀਂ ਸੁਣਦੇ ਤੇ ਸਿੱਧੂ ਮੂਸੇਵਾਲਾ ਟੋਪੈਕ ਨੂੰ ਬਹੁਤ ਪਸੰਦ ਕਰਦਾ ਸੀ ਇਸ ਕਰਕੇ ਲੋਕਾਂ ਦੇ ਵਿੱਚ ਟੋਪੈਕ ਬਾਰੇ ਜਾਣਕਾਰੀ ਹੈ ਜਿਹੜੀ ਉਹ ਵਧੀ ਹੈ ਮੂਸੇਵਾਲਾ ਦੇ ਆਖਰੀ ਗੀਤ ਦਾ ਲਾਸਟ ਰਾਈਡ ਦੇ ਵਿੱਚ ਵੀ ਟੋਪੈਕ ਦਾ ਜ਼ਿਕਰ ਕੀਤਾ ਗਿਆ ਹੈ ਲਿਖਿਆ ਸੀ ਬਹੁਤਿਆਂ ਦੀ ਹੇਟ ਦਾ ਉਹ ਹਿੱਸਾ ਬਣਿਆ ਬਹੁਤੇ ਉਹਨੂੰ ਇੱਥੇ ਚਾਹੁੰਦੇ ਚਾਹੁੰਦੇ ਮਰ ਗਏ ਦੁਨੀਆ ਤੇ ਚੜਤ ਦੇ ਝੰਡੇ ਝੂਲਦੇ بڑے ਉਹਨੂੰ ਸ਼ਹਿਰ ਚ ਹਰਾਉਂਦੇ ਮਰ ਗਏ ਸੋ ਇਸ ਗਾਣੇ ਦੇ ਵਿੱਚ ਜਿਹੜੀਆਂ ਇਹ ਲਾਈਨਾਂ ਆਉਂਦੀਆਂ ਟਟੂ ਪੈਕ ਦੀ ਤਸਵੀਰ ਹੈ ਉਹ ਤੁਸੀਂ ਦੇਖ ਸਕਦੇ ਹੋ ਜਿੱਥੇ ਟੋਪੈਕ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਉੱਥੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਵੀ ਇੱਕ ਖਬਰ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਸਾਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਜਿਹੜਾ ਹਮਲਾ ਹੋਇਆ ਸੀ ਆਰਪੀਜੀ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਉਹ ਕਹਿੰਦੇ ਅਸਲ ਦੇ ਵਿੱਚ ਗਾਇਕ ਅਤੇ ਰੈਪਰ ਮਰਹੂਮ ਸਿੱਧੂ ਮੂਸੇਵਾਲੇ ਦੇ ਲਈ ਸੀ ਜਿਹੜਾ ਆਰਪੀਜੀ ਵਰਤਿਆ ਗਿਆ ਸੀ ਮੂਸੇਵਾਲੇ ਨੂੰ ਮਈ 2022 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀ ਦਿੱਲੀ ਪੁਲਿਸ ਦੇ ਸੂਤਰਾਂ ਨੇ ਕਹਿੰਦੇ ਖੁਲਾਸਾ ਕੀਤਾ ਹੈ ਆਰਪੀਜੀ ਦੀ ਸਪਲਾਈ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਦੇ ਵੱਲੋਂ ਕੀਤੀ ਗਈ ਸੀ ਅਸਲ ਦੇ ਵਿੱਚ ਇਸ ਦੀ ਵਰਤੋਂ ਸਿੱਧੂ ਮੂਸੇਵਾਲੇ ਦੇ ਵਾਸਤੇ ਕੀਤੀ ਜਾਣੀ ਸੀ ਜਦੋਂ ਉਹ ਕਿਸੇ ਜਨਤਕ ਰੈਲੀ ਜਾਂ ਸਮਾਗਮ ਦੇ ਵਿੱਚ ਹੁੰਦਾ ਸੀ ਇਸ ਸਾਜ਼ਿਸ਼ ਦੇ ਵਿੱਚ ਬਦਲਾ ਆਇਆ ਅਤੇ ਗੈਂਗਸਟਰਾਂ ਤੇ ਅਤਵਾਦੀਆਂ ਨੇ ਮੁਹਾਲੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਇਹਦੀ ਵਰਤੋਂ ਕਰ ਲਈ। ਇਹ ਖੁਲਾਸਾ ਕਹਿੰਦੇ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਤੋਂ ਬਾਅਦ ਹੋਇਆ ਹੈ। ਸੂਤਰ ਦੱਸਦੇ ਨੇ ਕਿ ਹਮਲਾਵਰਾਂ ਨੇ ਆਪਣਾ ਪਲਾਨ ਇਸ ਕਰਕੇ ਚੇਂਜ ਕਰ ਦਿੱਤਾ ਸੀ ਕਿਉਂਕਿ ਜੇ ਇਹ ਇਕੱਠ ਦੇ ਵਿੱਚ ਜਾਂ ਰੈਲੀ ਦੇ ਵਿੱਚ ਮੂਸੇਵਾਲੇ ਤੇ ਹਮਲਾ ਕਰਦੇ ਤਾਂ ਜਾਨੀ ਨੁਕਸਾਨ ਵੱਧ ਹੋ ਸਕਦਾ ਸੀ। ਆਰਪੀਜੀ ਦੀ ਪਾਕਿਸਤਾਨ ਸਰਹੱਦ ਰਾਹੀਂ ਗੈਰ ਕਾਨੂੰਨੀ ਤੌਰ ਤੇ ਭਾਰਤ ਵਿੱਚ ਤਸਕਰੀ ਕੀਤੀ ਗਈ ਸੀ ਜਿਸ ਵਿੱਚ ਆਈਐਸਆਈ ਸ਼ਾਮਲ ਸੀ ਸੋ ਇਹ ਜਿਹੜਾ ਖੁਲਾਸਾ ਹੋ ਰਿਹਾ ਹੈ ਸੂਤਰਾਂ ਦੇ ਆਧਾਰ ਤੇ ਹੋ ਰਿਹਾ ਹੈ ਇਸ ਦੀ ਕੋਈ ਵੀ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਗਈ ਤੇ ਜਿਹੜਾ ਟੁਪੈਖ ਮਾਮਲੇ ਦੇ ਵਿੱਚ 27 ਸਾਲਾਂ ਬਾਅਦ ਇਨਸਾਫ ਹੋਇਆ 27 ਸਾਲਾਂ ਬਾਅਦ ਮੁੱਖ ਜਿਹੜਾ ਜਿਹੜਾ ਸਾਜ਼ਿਸ਼ ਘੜਾ ਸੀ ਉਹ ਫੜਿਆ ਗਿਆ ਹੈ ਉਸ ਖਬਰ ਨੂੰ ਸੁਣ ਕੇ ਕਿਤਨਾ ਕਿਤੇ ਮਰਹੂਮ ਮੂਸੇ ਵਾਲੇ ਦੇ ਮਾਪਿਆਂ ਦਾ ਦਿਲ ਵੀ ਜ਼ਰੂਰ ਘਬਰਾਇਆ ਹੋਵੇਗਾ ਕਿ ਜਦੋਂ ਅਮਰੀਕਾ ਵਰਗੇ ਮੁਲਕ ਦੇ ਵਿੱਚ ਨਿਆਂ ਦੀ ਚਾਲ ਇੰਨੀ ਸੁਸਤ ਇੰਨੀ ਹੌਲੀ ਹੋ ਸਕਦੀ ਹੈ ਕਿ 27 ਸਾਲਾਂ ਬਾਅਦ ਮੁੱਖ ਮੁਜਰਮ ਫੜਿਆ ਜਾਂਦਾ ਹੈ ਤਾਂ ਇਸ ਮੁਲਕ ਦੇ ਵਿੱਚ ਇੱਥੇ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰੋਂ ਢੁਡਕੂ ਲੱਗ ਸਕਦਾ ਹੈ ਕਿ ਕਿਤੇ ਮੂਸੇ ਵਾਲੇ ਦੇ ਇਨਸਾਫ ਦੇ ਵਿੱਚ ਵੀ ਕਿਤੇ ਇੰਨੀ ਦੇਰੀ ਤਾਂ ਨਹੀਂ ਹੋ ਜੂਗੀ ਕਿ ਉਹ ਇਨਸਾਫ ਉਡੀਕ ਦੇ ਉਡੀਕ ਦੇ ਹੀ ਆਪਣੀ ਜ਼ਿੰਦਗੀ ਦੇ ਆਖਰੀ ਦੌਰ ਦੇ ਵਿੱਚ ਚਲੇ ਜਾਣਗੇ ਕਿਉਂਕਿ ਮੂਸੇ ਵਾਲੇ ਦੇ ਮਾਪੇ ਪਹਿਲਾਂ ਹੀ ਇਹ ਇਲਜ਼ਾਮ ਸਰਕਾਰਾਂ ਤੇ ਪ੍ਰਸ਼ਾਸਨ ਤੇ ਲਾਉਂਦੇ ਰਹਿੰਦੇ ਨੇ ਕਿ ਮੂਸੇ ਵਾਲਾ ਕਾਂਡ ਦੀ ਜਿਹੜੀ ਜਾਂਚ ਉਸ ਤਰੀਕੇ ਦੇ ਨਾਲ ਉਸ ਤੇਜ਼ੀ ਦੇ ਨਾਲ ਨਹੀਂ ਹੋ ਰਹੀ ਜਿਸ ਨਾਲ ਹੋਣੀ ਚਾਹੀਦੀ ਹੈ ਤੇ ਸਿੱਧੂ ਮੂਸੇਵਾਲਾ ਟੁਪੈਕ ਨੂੰ ਕਾਫੀ ਪਸੰਦ ਕਰਦਾ ਸੀ ਇਸ ਦਾ ਜ਼ਿਕਰ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਪਿਛਲੇ ਦਿਨੀ ਸਾਡੇ ਨਾਲ ਖਾਸ ਇੰਟਰਵਿਊ ਦੇ ਵਿੱਚ ਵੀ ਕੀਤਾ ਸੀ ਜਿਹੜੇ ਬੰਦੇ ਨੂੰ ਆਪਾਂ ਆਪਣਾ ਡ੍ਰੀਮ ਮੰਨਦੇ ਹੋਈਏ ਤੇ ਉਹਦੇ ਨਾਲ ਹੀ ਕੰਮ ਕਰਨ ਦਾ ਮੌਕਾ ਮਿਲਿਆ ਹੋਵੇ ਤੇ ਉਸ ਤੋਂ ਬਾਅਦ ਤਾਂ ਪ੍ਰਮਾਤਮਾ ਨੇ ਬੇਸ਼ੱਕ ਉਹਨੇ ਨਹੀਂ ਵੇਖਿਆ ਹਨਾ ਟ੍ਰੇਕ ਟ੍ਰੇਕ ਤੱਕ ਵੀ ਦੇ ਸੁਪਨੇ ਪੂਰੇ ਹੋਏ ਬਿਲਕੁਲ ਬਿਲਕੁਲ ਸੋ ਤੁਸੀਂ ਕਹਿੰਦੇ ਹੋ ਕਿ ਇਸ ਪੱਖੋਂ ਬਹੁਤ ਨਹੀਂ ਸੀ ਕਿਸਮਤ ਦਾ ਹਮਮ ਕਹਿੰਦੇ ਕਿ ਕਈ ਵਾਰੀ ਕੁਝ ਤੁਸੀਂ ਉਹਨੂੰ ਸਮਝਾਉਂਦੇ ਸੀ ਵੀ ਇੱਥੇ ਕੰਟਰੋਵਰਸੀ ਹੋ ਸਕਦੀ ਹੈ ਸੋ ਉਦੋਂ ਕੀ ਰਿਐਕਸ਼ਨ ਹੁੰਦਾ ਸੀ ਸਿੱਧੂ ਦਾ ਕੰਟਰੋਵਰਸੀ ਨੂੰ ਪਸੰਦ ਕਰਦਾ ਸੀ ਮੈਂ ਇੱਕ ਬਾਪ ਹੋਣ ਦੇ ਨਾਤੇ ਲਾ ਲੋ ਜਾਂ ਮੇਰੀ ਏ ਦੇ ਅਕੋਰਡਿੰਗ ਲਾ ਲੋ ਹਨਾ ਮੈਨੂੰ ਥੋੜਾ ਜਿਹਾ ਡਰ ਲੱਗਦਾ ਹੁੰਦਾ ਹੂੰ ਲਿਖਣ ਦਾ ਕੀ ਤਰੀਕਾ ਸੀ ਮਤਲਬ ਜਿਵੇਂ ਹੁੰਦਾ ਨਾ ਜਿਹੜੇ ਲੇਖਕ ਹੁੰਦੇ ਨੇ ਉਹਨਾਂ ਨੂੰ ਇੱਕ ਜਗ੍ਹਾ ਚਾਹੀਦੀ ਆ ਇਕਾਂਤ ਦੇ ਵਿੱਚ ਬੈਠ ਕੇ ਲਿਖਣਾ ਜਿਵੇਂ ਤੁਸੀਂ ਕਿਹਾ ਜੰਗਲਾਂ ਬੇਲਿਆਂ ਚ ਜਾ ਕੇ ਕਿੱਥੇ ਬੈਠ ਕੇ ਕਿਵੇਂ ਲਿਖਦਾ ਸੀ ਖੇਤ ਚ ਬੈਠ ਕੇ ਲਿਖਣ ਦਾ ਪਤ ਉਹਦਾ ਕੋਈ ਬੇਸ਼ੇਸ਼ ਜਗਾ ਜਾਂ ਬੇਸ਼ੇਰ ਮਾਹੌਲ ਦੀ ਇਹ ਤਾਂ ਗੱਲ ਹੀ ਨਹੀਂ ਸੀ ਅੱਛਾ ਬਰਤਾਨੀਆਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਇ ਸਵਾਮੀ ਦਾ ਸਿੱਖਾਂ ਨੇ ਘਿਰਾਓ ਕੀਤਾ ਉਹਨਾਂ ਨੂੰ ਸਕਾਟਲੈਂਡ ਦੇ ਇੱਕ ਗੁਰਦੁਆਰੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਹਾਈ ਕਮਿਸ਼ਨਰ ਖਾਲਸਾਨੀ ਹਮਾਇਤਿਆਂ ਨੂੰ ਲੈ ਕੇ ਇੱਕ ਮੀਟਿੰਗ ਕਰਨ ਵਾਸਤੇ ਆਏ ਸਨ ਪੂਰੀ ਘਟਨਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਸਿੱਖ ਨੌਜਵਾਨ ਗੁਰਦੁਆਰੇ ਤੇ ਬਾਹਰ ਭਾਰਤੀ ਹਾਈ ਕਮਿਸ਼ਨਰ ਦੁਰਾਇ ਸਵਾਮੀ ਨੂੰ ਘੇਰਦੇ ਦਿਖਾਈ ਦਿੰਦੇ ਨੇ ਉਹਨਾਂ ਨੂੰ ਗੁਰੂ ਘਰ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਇਸ ਤੋਂ ਬਾਅਦ ਦੁਰਾਇ ਸਵਾਮੀ ਕਾਰਟ ਬਹਿ ਕੇ ਵਾਪਸ ਚਲੇ ਗਏ ਵਿਡੀਓ ਵਿੱਚ ਸਿੱਖ ਨੌਜਵਾਨਾਂ ਨੇ ਉਹਨਾਂ ਨੂੰ ਮੁੜ ਤੋਂ ਗੁਰੂ ਘਰ ਨਾ ਆਉਣ ਦੀ ਹਦਾਇਤ ਵੀ ਦਿੱਤੀ। ਇਸ ਮੌਕੇ ਇੱਕ ਸਿੱਖ ਨੌਜਵਾਨ ਨੇ ਕਿਹਾ ਕਿ ਗੁਰੂ ਘਰ ਆਉਣ ਵਾਲੇ ਭਾਰਤ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨਾਲ ਅਜਿਹਾ ਹੀ ਹੋਵੇਗਾ। ਉਹ ਭਾਵੇਂ ਕਹਿੰਦੇ ਬਹਾਨੇ ਨਾਲ ਇੱਥੇ ਆਏ ਨੇ ਪਰ ਸਾਨੂੰ ਪਤਾ ਹੈ ਕਿ ਉਹਨਾਂ ਦਾ ਮਕਸਦ ਕੀ ਸੀ। ਕੈਨੇਡਾ ਦੇ ਵਿੱਚ ਜੋ ਹੋਇਆ ਉਹ ਸਭ ਨੇ ਦੇਖਿਆ। ਕੈਨੇਡਾ ਦੇ ਪੀਐਮ ਨੇ ਸਾਫ਼ ਤੌਰ ਤੇ ਭਾਰਤ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਸੀ। ਅਜਿਹੇ ਵਿੱਚ ਉਹਨਾਂ ਨੂੰ ਗੁਰਦੁਆਰੇ ਬੁਲਾਉਣਾ ਕੁਝ ਸਿੱਖ ਲੋਕਾਂ ਦੇ ਵੱਲੋਂ ਹੀ ਉਹ ਬਹੁਤ ਗਲਤ ਸੀ। ਸਾਧਨਾ ਪਰਵੰਧ ਜਿਨ੍ਹਾਂ ਨੇ ਆਪਣੀ ਪੰਥ ਦੀ ਜ਼ਿੰਮੇਵਾਰੀ ਨਾ ਸਮਝਦਿਆਂ ਹੋਇਆ ਇਸ ਗੁਰੂ ਘਰ ਦੇ ਵਿੱਚ ਭਾਰਤੀ ਰਾਜਦੂਤ ਨੂੰ ਸੱਦਾ ਦਿੱਤਾ ਇਹ ਬਹਾਨਾ ਲਾ ਕੇ ਕਿ ਸੰਗਤ ਦੇ ਵੀਜ਼ਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੀਆਂ ਆਇਆ ਪਰ ਅਸੀਂ ਅੱਜ ਦੇਖ ਸਕਦੇ ਹਾਂ ਜੋ ਹਾਲਾਤ ਪੰਥ ਦੇ ਵਿੱਚ ਬਣੇ ਆ ਭਾਰਤੀ ਰਾਸ਼ਟਰਵਾਦੀ ਫਿਰਿੰਦੇ ਕੈਨੇਡਾ ਜਾ ਕੇ ਸਾਡੇ ਸਿੰਘ ਸ਼ਹੀਦ ਕਰਦੇ ਇੰਗਲੈਂਡ ਆਣ ਕੇ ਸਾਡੇ ਸਿੰਘ ਸ਼ਹੀਦ ਕਰਦੇ ਗੁਰਦੁਆਰਿਆਂ ਦੇ ਪ੍ਰਬੰਧਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਕਿ ਅੱਜ ਦੇ ਸਮੇਂ ਜਿਹੜਾ ਬਣਦਾ ਹੋਇਆ ਭਵੰਧ ਆਇਆ ਨਾ ਰਾਜਦੂਤਾ ਤੋਂ ਉੱਤੇ ਲਾਉਣਾ ਚਾਹੀਦਾ ਤੇ ਦੁਨੀਆ ਭਰ ਦੇ ਪੰਥਿਕ ਨੌਜਵਾਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇੱਥੇ ਇਹਨਾਂ ਦਾ ਹਰ ਮੋੜ ਦੇ ਉੱਤੇ ਵਿਰੋਧ ਕਰਨਾ ਚਾਹੀਦਾ ਜਿੱਦਾਂ ਅੱਜ ਗਲਾਸਗੋ ਗੁਰਦੁਆਰਾ ਇਹ ਹੋਇਆ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬੀਜੇਪੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਸਕਾਟਲੈਂਡ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਨੂੰ ਗਲਤ ਦੱਸਿਆ ਹੈ ਕਹਿੰਦੇ ਗੁਰੂ ਘਰ ਦੇ ਵਿੱਚ ਕਿਸੇ ਨੂੰ ਵੀ ਆਉਣ ਦਾ ਅਧਿਕਾਰ ਹੈ ਸਾਡੇ ਧਰਮ ਖਿੰਸਾ ਫਲਾਉਣ ਨੂੰ ਨਹੀਂ ਕਿਹਾ ਜਾਂਦਾ ਬਲਕਿ ਅਸੀਂ ਮਨੁੱਖਤਾ ਦੀ ਰੱਖਿਆ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਸਿੱਖ ਪਾਈਚਾਰੇ ਦੀ ਤਾਰੀਫ ਕੀਤੀ ਹੈ ਸਿੱਖਾਂ ਦੇ ਲਈ ਭਾਰਤ ਹੀ ਸਭ ਤੋਂ ਕਹਿੰਦੇ ਸੁਰੱਖਿਅਤ ਮੁਲਕ ਹੈ ਇਸ ਤੋਂ ਪਹਿਲਾਂ ਮਾਰਚ ਦੇ ਵਿੱਚ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਦੇ ਖਿਲਾਫ ਪੰਜਾਬ ਦੇ ਵਿੱਚ ਕਾਰਵਾਈ ਸ਼ੁਰੂ ਹੋਈ ਸੀ ਤਾਂ ਗੁੱਸੇ ਵਿੱਚ ਆਏ ਸਿੱਖ ਖਪਾਈਚਾਰੇ ਨੇ ਭਾਰਤੀ ਹਾਈ ਕਮਿਸ਼ਨ ਪਹੁੰਚ ਕੇ ਲੰਡਨ ਦੇ ਵਿੱਚ ਪੰਨ ਤੋੜ ਕੀਤੀ ਸੀ ਅਤੇ ਭਾਰਤੀ ਝੰਡੇ ਨੂੰ ਵੀ ਉਤਾਰ ਦਿੱਤਾ ਸੀ ਤੇ ਹੁਣ ਜਿਹੜੀ ਘਟਨਾ ਵਾਪਰੀ ਹੈ ਉਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਵੀ ਪ੍ਰਤੀਕਰਮ ਸਾਹਮਣੇ ਆਇਆ ਹੈ ਜਨਰਲ ਸਕੱਤਰ ਗੁਰਚਨ ਸਿੰਘ ਗਰੇਵਾਲ ਨੇ ਕਿਹਾ ਕਿ ਇੰਗਲੈਂਡ ਦੇ ਲੋਕ ਜਗਤਾਰ ਸਿੰਘ ਜੱਗੀ ਜੋਲ ਦੀ ਗੈਰ ਕਾਨੂੰਨੀ ਗ੍ਰਿਫਤਾਰੀ ਤੋਂ ਨਰਾਜ਼ ਨੇ ਇਸ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਹੈ ਅਸੀਂ ਕਹਿੰਦੇ ਭਾਰਤੀ ਦੂਤਵਾਸ ਨੂੰ ਕਹਿਣਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਨਾ ਕਰੋ ਜੇ ਕਿਸੇ ਗੁਰੂ ਘਰ 'ਚ ਕਿਸੇ ਰਾਜਦੂਤ ਨਾਲ ਅਜੀਹਾ ਹੁੰਦਾ ਤਾਂ ਇਸ ਨਾਲ ਸਿੱਖਾਂ ਦੀ ਸਾਖ ਤੇ ਹੀ ਕਹਿੰਦੇ ਅਸਰ ਪੈਂਦਾ ਇਹ ਉਹਨਾਂ ਨੇ ਸਿੱਖਾਂ ਨੂੰ ਸਮਝਾਇਆ ਕਹਿੰਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਸੇ ਦੇ ਵੀ ਦਾਖਲ ਹੋਣ ਤੇ ਪਾਬੰਦੀ ਨਹੀਂ ਹੈ ਪਰ ਇਹਨਾਂ ਨੂੰ ਕਿਉਂ ਰੋਕਿਆ ਗਿਆ ਇਸ ਦੇ ਕਾਰਨ ਸਾਨੂੰ ਨਹੀਂ ਪਤਾ ਔਰ ਇੰਗਲੈਂਡ ਕੇ ਲੋਗ ਆ ਜੋ उनके मन में अपने जो एक मूल निवासी जगी जौल है उसकी नजायज़ गिरफ्तारी के कारण ये सारा कुछ हो हो रहा है सो उस बात का भी वहाँ तनाव है हम भारत की अम्बेसी को भी ये बोलेंगे कि किसी तरह का तनाव ना बनाया जाए जो बात कर रही है उस बात को कि ना और जगह बैठ के भी की जा सकती है वो ये कारण है इस कारण को गलत रंगत ना दी जाए क्योंकि गुरुद्वारे में जाकर अगर अम्बेसडर से कोई बात ऐसी होती है तो हमारे सिखों की जो शाख वो गिरती है जैसे पहले भी एक अम्बेसडर के को मारा पीटा गया हम उससे संबंध इतफाक नहीं रखते वो अच्छा नहीं हुआ इससे जो सिख लोग बैठे हैं जिनका बाहर दुनिया में अच्छा रिस्पेक्ट है उन उन पे उनकी छवि पे जो ये शक्ति ਹੋ ਹੁੰਦੀ ਹੈ ਵੀਰਵਾਨ ਨੂੰ ਜਲਾਲਾਬਾਦ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਪੁਲਹੱਤ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਦਾ ਅੱਜ ਦੋ ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਕਸੁਖਪਾਲ ਖੈਰਾ ਦਾ ਪੁਲਿਸ ਰਿਮਾਂਡ ਹੈ ਜਿਹੜਾ ਉਹ ਨਾ ਮੰਜ਼ੂਰ ਕਰਕੇ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਹਾਲਾਂਕਿ ਪੁਲਿਸ ਨੇ ਖੈਰਾ ਦਾ ਹੋਰ ਰਿਮਾਂਡ ਮੰਗਿਆ ਸੀ ਪਰ ਬਚਾਅ ਪੱਖ ਨੇ ਇਸ ਦਾ ਵਿਰੋਧ ਕੀਤਾ ਅਦਾਲਤ ਨੇ ਖੈਰਾ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਹਨਾਂ ਨੂੰ 14 ਦਿਨਾਂ ਦੇ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਯਾਨੀ ਕਿ ਅਗਲੇ 14 ਦਿਨ ਤੱਕ ਸੁਖਪਾਲ ਖੈਰਾ ਜੇਲ੍ਹੋਂ ਬਾਹਰ ਨਹੀਂ ਆਉਣ ਵਾਲੇ ਇਸ ਮੌਕੇ ਸੁਖਪਾਲ ਖੈਰਾ ਦੇ ਹਮਾਇਤੀ ਵੀ ਵੱਡੀ ਗਿਣਤੀ 'ਚ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਸੁਖਪਾਲ ਖੈਰਾ ਦੀ ਰਿਹਾਈ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਸੁਖਪਾਲ ਖੈਰਾ ਤੋਂ ਇਲਾਵਾ ਕੁਝ ਹੋਰ ਪੰਜਾਬ ਦੇ ਵੱਡੇ ਲੀਡਰਾਂ ਦੀ ਗੱਲ ਕਰ ਲਈਏ ਤਾਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਲਾਹਕਾਰ ਭਰਤਿੰਦਰ ਸਿੰਘ ਚਾਲ ਤੇ ਪੰਜਾਬ ਪੁਲਿਸ ਦੇ ਬਰਖਾਸਤੇ ਆਈਜੀ ਰਾਜੀਤ ਸਿੰਘ ਹੁੰਦਲ ਵਿਜੀਲੈਂਸ ਦੀਆਂ ਟੀਮਾਂ ਦੇ ਲਈ ਸਿਰਦਰਦ ਬਣੇ ਹੋਏ ਨੇ ਸੁਖਪਾਲ ਖਹਿਰਾਂ ਨੂੰ ਤਾਂ ਪੁਲਿਸ ਤੜਕੇ-ਤੜਕੇ ਜਾ ਕੇ ਉਹਨਾਂ ਦੇ ਘਰੋਂ ਚੱਕ ਕੇ ਲੈ ਆਈ ਪਰ ਇਹ ਜਿਹੜੇ ਤਿੰਨੇ ਲੀਡਰ ਨੇ ਉਹ ਵਿਜੀਲੈਂਸ ਨੂੰ ਨਹੀਂ ਲੱਭ ਰਹੇ ਇਹਨਾਂ ਤਿੰਨਾਂ ਖਿਲਾਫ ਵਿਜੀਲੈਂਸ ਕੇਸ ਦਰਜ ਕਰ ਚੁੱਕੀ ਹੈ ਪਰ ਪੁਲਿਸ ਦੀ ਪਕੜ ਤੋਂ ਇਹ ਹਾਲੇ ਤੱਕ ਬਾਹਰ ਨੇ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਤੇ ਵਿਜੀਲੈਂਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਨੇ ਸ਼ੁੱਕਰਵਾਰ ਨੂੰ ਪੰਜਾਬ ਤੇ ਚੰਡੀਗੜ੍ਹ ਤੋਂ ਇਲਾਵਾ ਇੱਕੋ ਸਮੇਂ ਚਾਰ ਹੋਰ ਸੂਬਿਆਂ ਦੇ ਵਿੱਚ ਛਾਪੇ ਮਾਰੇ ਗਏ ਪੰਜਾਬ ਹਿਮਾਚਲ ਪ੍ਰਦੇਸ਼ ਹਰਿਆਣਾ ਦਿੱਲੀ ਉੱਤਰਾਖੰਡ ਤੇ ਰਾਜਸਥਾਨ ਯਾਨੀ ਕਿ 6 ਸੂਬਿਆਂ ਦੇ ਵਿੱਚ ਤੇ 7ਵੇਂ ਚੰਡੀਗੜ੍ਹ ਦੇ ਵਿੱਚ ਛਾਪੇ ਵੱਜੇ ਵਿਜੀਲੈਂਸ ਅਧਿਕਾਰੀਆਂ ਮੁਤਾਬਕ ਮਨਪ੍ਰੀਤ ਇਹਨਾਂ ਸੂਬਿਆਂ ਦੇ ਵਿੱਚ ਵੀ ਲੁਕੇ ਹੋ ਸਕਦੇ ਨੇ ਕਿਉਂਕਿ ਉਹਨਾਂ ਦੇ ਜਾਣਕਾਰ ਜਾਂ ਕਾਫੀ ਨਜ਼ਦੀਕੀ ਇਹਨਾਂ ਸੂਬਿਆਂ ਦੇ ਵਿੱਚ ਰਹਿੰਦੇ ਨੇ ਸੁਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਵਿਜੀਲੈਂਸ ਦੇ ਲਈ ਕਿਸੇ ਚੈਲੰਜ ਤੋਂ ਘਟ ਨਹੀਂ ਹੈ ਇਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਸਿੱਧੀ ਨਜ਼ਰ ਬਣੀ ਹੋਈ ਹੈ ਪਤਾ ਲੱਗਿਆ ਹੈ ਵਿਜੀਲੈਂਸ ਅਧਿਕਾਰੀ ਹਰ ਅਪਡੇਟ ਸੀਐਮਓ ਦੇ ਨਾਲ ਸਾਂਝੀ ਕਰ ਰਹੇ ਨੇ ਵਿਜੀਲੈਂਸ ਨੇ ਬਠਿੰਡਾ ਦੇ ਵਿੱਚ ਬਾਦਲ ਦੇ ਕਰੀਬੀ ਰਹੇ ਸ਼ਰਾਬ ਕਾਰੋਬਾਰੀ ਜਸਵਿੰਦਰ ਜੁਗਨੂ ਦੇ ਘਰੇ ਸ਼ਨੀਚਰਵਾਰ ਨੂੰ ਛਾਪਾ ਮਾਰਿਆ ਹਾਲਾਂਕਿ ਜੁਗਨੂ ਦੇ ਘਰੇ ਕੋਈ ਮੌਜੂਦ ਨਹੀਂ ਸੀ ਇਸ ਕਰਕੇ ਟੀਮ ਨੂੰ ਕੁਝ ਨਹੀਂ ਮਿਲਿਆ ਇਸ ਤੋਂ ਇੱਕ ਦੋ ਦਿਨ ਪਹਿਲਾਂ ਦਫ਼ਤਰ ਵਿੱਚ ਛਾਪਾ ਮਾਰਿਆ ਗਿਆ ਸੀ ਵਿਜੀਲੈਂਸ ਨੇ ਇੱਥੋਂ ਕੰਪਿਊਟਰ ਤੇ ਡੀਵੀਆਰ ਜ਼ਬਤ ਕੀਤੇ ਸੀ ਵਿਜੀਲੈਂਸ ਉਸ ਕੰਪਿਊਟਰ ਦੀ ਭਾਲ ਕਰ ਰਹੀ ਹੈ ਜਿਸ ਰਾਹੀਂ ਪਲਾਟ ਖਰੀਦਣ ਦੇ ਲਈ ਆਨਲਾਈਨ ਬੋਲੀ ਲਾਈ ਗਈ ਸੀ ਵਿਜੀਲੈਂਸ ਦੀ ਟੀਮ ਜਗਨੂ ਤੋਂ ਵੀ ਪੁੱਛਿਸ਼ ਕਰਨਾ ਚਾਹੁੰਦੀ ਸੀ ਪਰ ਜਗਨੂ ਟੀਮ ਨੂੰ ਨਹੀਂ ਮਿਲਿਆ ਸੁਪਾਲ ਸਿੰਘ ਖਹਿਰਾ ਤੇ ਮਨਪ੍ਰੀਤ ਸਿੰਘ ਬਾਦਲ ਖਿਲਾਫ ਕਾਰਵਾਈ ਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਜਾਂਚ ਤੋਂ ਨਹੀਂ ਭੱਜਣਾ ਚਾਹੀਦਾ ਜੇ ਤੁਸੀਂ ਸੱਚੇ ਹੋ ਤਾਂ ਸਚਾਈ ਸਾਬਿਤ ਕਰੋ ਇਸ ਦੇ ਨਾਲ ਹੀ ਉਹਨਾਂ ਨੇ ਦੋਹਾਂ ਖਿਲਾਫ ਕਾਰਵਾਈ ਦਾ ਢੰਗ ਜ਼ਰੂਰ ਗਲਤ ਕਿਹਾ ਹੈ ਨਵਜੋਤ ਕੌਰ ਨੇ ਕਿਹਾ ਕਿ ਸਿਆਸੀ ਲਾਹੇ ਦੇ ਲਈ ਕਿਸੇ ਨੂੰ ਪਰੇਸ਼ਾਨ ਕਰਨਾ ਗਲਤ ਹੈ ਸਿਆਸੀ ਰੰਝੇ ਤੇ ਚਲਦੇ ਆ ਹੀ ਸਿੱਧੂ ਨੇ ਵੀ ਇੱਕ ਸਾਲ ਕਹਿੰਦੇ ਜੇਲ੍ਹ ਕੱਟੀ ਸੀ ਉਧਰ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਮਾਰਕਫੈਂਟ ਜਰਨੈਲ ਸਿੰਘ ਵਾਹਿਦ ਦੇ ਘਰ ਵਿਜੀਲੈਂਸ ਨੇ ਛਾਪਾ ਮਾਰਿਆ ਇਹ ਕਾਰਵਾਈ ਐਸਐਸਪੀ ਰਾਜੇਸ਼ਵਰ ਸਿੰਘ ਸਿੱਧੂ ਨੇ ਕੀਤੀ ਵਿਜੀਲੈਂਸ ਦੀ ਟੀਮ ਜਰਨੈਲ ਸਿੰਘ ਨੂੰ ਆਪਣੇ ਨਾਲ ਲੈ ਕੇ ਰਵਾਨਾ ਹੋ ਗਈ ਯਾਨੀ ਕਿ ਵਿਜੀਲੈਂਸ ਨੇ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਜਰਨੈਲ ਸਿੰਘ ਤੇ ਕਿਸਾਨਾਂ ਦੇ ਕਰੀਬ 42 ਕਰੋੜ ਰੁਪਏ ਦਾ ਬਕਾਇਆ ਨਾ ਦੇਣ ਦਾ ਇਲਜ਼ਾਮ ਹੈ ਸੁੱਲਾਵਾ ਉਨਾਂ ਤੇ ਲਗਭਗ 92 ਕਰੋੜ ਰੁਪਏ ਬੈਂਕਾਂ ਦਾ ਵੀ ਕਰਜ਼ਾ ਹੈ ਜੋ ਉਹਨਾਂ ਨੇ ਨਹੀਂ ਮੋੜਿਆ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਕਣਕ ਦੇ ਤਕਰੀਬਨ 2 ਲੱਖ ਕੁਇੰਟਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਇਆ ਜਾਣਗੇ ਇਸ ਦੀ ਜਾਣਕਾਰੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਹੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬੀਜਾਂ ਦੀ ਕੁੱਲ ਕੀਮਤ ਤੇ 50% ਦੀ ਸਬਸਿਡੀ ਜਾਂ ਫਿਰ ਪ੍ਰਤੀ ਕੁਇੰਟਲ ਵਾਧੂ ਵਾਧਿਕ 1000 ਰੁਪਏ ਸਬਸਿਡੀ ਦੇ ਹਿਸਾਬ ਨਾਲ ਪ੍ਰਮਾਣਿਤ ਬੀਜ ਮੁਹੱਈਆ ਕਰਵਾਏ ਜਾਣਗੇ ਦੂਸਰੀ ਜਾਣਕਾਰੀ ਇਹ ਹੈ ਸਰਕਾਰ ਦੇ ਵੱਲੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਸੂਬੇ ਦੇ ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣ ਦਾ ਦਾਵਾ ਵਾਅਦਾ ਕੀਤਾ ਜਾਂਦਾ ਹੈ ਉਸ ਤਹਿਤ ਮਾਈਨਿੰਗ ਵਿਭਾਗ ਨੇ ਇੱਕ ਅਹਿਮ ਫੈਸਲਾ ਲੈਂਦੇ ਆ ਸੂਬੇ ਦੇ ਸਾਰੇ ਕ੍ਰਸ਼ਰਾਂ ਦੇ ਬਿਜਲੀ ਮੀਟਰਾਂ ਨੂੰ ਵਿਭਾਗ ਦੇ ਪੋਰਟਲ ਨਾਲ ਜੋੜਨ ਦਾ ਫੈਸਲਾ ਕੀਤਾ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇ ਨੇ ਦੱਸਿਆ ਕਿ ਕ੍ਰਸ਼ਰਾਂ ਦੇ ਮੀਟਰ ਨੇ ਜਿਹੜੇ ਉਹ ਪਾਰਦਰਸ਼ਤਾ ਲਿਆਉਣ ਵਾਸਤੇ ਹੀ ਲਾਏ ਗਏ ਨੇ ਮਾਈਨਿੰਗ ਵਿਭਾਗ ਪੋਰਟਲ ਪੀਐਸਪੀਸੀਐਲ ਇਸ ਨੂੰ ਕ੍ਰਸ਼ਰਾਂ ਦੇ ਮੀਟਰਾਂ ਨਾਲ ਜੋੜੇਗਾ ਜਿਸ ਨਾਲ ਹੀ ਕ੍ਰਸ਼ਰ ਮਾਲਕ ਹਰਮੀ ਨੇ ਮੀਟਰ ਰੀਡਿੰਗ ਬਾਰੇ ਵਿਭਾਗ ਨੂੰ ਦੱਸਣਗੇ ਇਸ ਨਾਲ ਕ੍ਰਸ਼ਰ ਮਾਲਕ ਦੇ ਵੱਲੋਂ ਵੇਚੇ ਗਏ ਸਮਾਨ ਤੇ ਮੀਟਰ ਰੀਡਿੰਗ ਦਾ ਮੇਲ ਕਰਨ ਦੇ ਵਿੱਚ ਮਦਦ ਮਿਲੇਗੀ ਹਾਲਾਂਕਿ ਦੂਸਰੇ ਪਾਸੇ ਤਰਨਤਾਰਨ ਦੇ ਵਿੱਚ ਜੋ 1-2 ਦਿਨ ਪਹਿਲਾਂ ਹੋਇਆ ਹੈ ਮਾਈਨਿੰਗ ਕਰਦੇ ਜਿਹੜੇ ਬੰਦੇ ਫੜੇ ਗਏ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਟਵੀਟ ਕੀਤਾ ਤੇ ਉਸ ਤੋਂ ਬਾਅਦ ਤਰਨਤਾਰਨ ਦੇ ਐਸਐਸਪੀ ਨੂੰ ਬਦਲ ਦਿੱਤਾ ਗਿਆ ਸਾਰਾ ਘਟਨਾਕਰਮ ਜ਼ਰੂਰ ਚੇਤੇ ਆ ਜਾਂਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਪਰਸੋਂ 2 ਅਕਤੂਬਰ ਨੂੰ ਪਟਿਆਲਾ ਦੇ ਮਾਤਾ ਕੁਸ਼ਲਿਆ ਹਸਪਤਾਲ ਦੇ ਵਿੱਚ ਵਿਸ਼ੇਸ਼ ਵਾਰਡ ਦਾ ਉਦਘਾਟਨ ਕੀਤਾ ਜਾਵੇਗਾ ਤੇ ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਖਾਸ ਤੌਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚਣ ਇਸ ਤੋਂ ਬਾਅਦ ਨਿਊ ਅਪੋਲੋ ਗਰਾਉਂਡ ਦੇ ਵਿੱਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ ਇਸ ਰੈਲੀ ਨੂੰ ਯਾਦਗਾਰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਲਾ ਰੱਖੀ ਹੈ ਅਮਰੀਕਾ ਦੇ ਨਿਊ ਜਰਸੀ ਦੇ ਵਿੱਚ ਇਤਿਹਾਸ ਰਚਿਆ ਹੈ ਸਿੱਖ ਪਾਈ ਜਾ ਰਹੇ ਨੇ ਗ੍ਰੰਥੀ ਸਿੰਘ ਨੇ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਕਾਰਵਾਈ ਸ਼ੁਰੂ ਕਰਨ ਦੇ ਲਈ ਅਰਦਾਸ ਕੀਤੀ ਤੇ ਅਜਿਹਾ ਇਤਿਹਾਸ ਦੇ ਵਿੱਚ ਇਸ ਸੰਸਦ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੈ ਨਿਊ ਜਰਸੀ ਦੇ ਪਾਇਨ ਹਿਲ ਗੁਰੂਕਾਰ ਦੇ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਨੇ ਸਦਨ ਚ ਅਰਦਾਸ ਕਰਕੇ ਦਿਨ ਦੀ ਕਾਰਵਾਈ ਸ਼ੁਰੂ ਕਰਵਾਈ ਆਮ ਤੌਰ ਤੇ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪਾਦਰੀ ਪ੍ਰਾਰਥਨਾ ਕਰਦਾ ਹੈ ਯਾਨੀ ਕਿ ਇਸਾਈ ਧਰਮ ਦੇ ਪਾਦਰੀ ਦੇ ਵੱਲੋਂ ਇਹ ਰਸਮ ਨਿਭਾਈ ਜਾਂਦੀ ਹੈ ਸਦਨ ਦੇ ਸਪੀਕਰ ਕੇਵਿਨ ਮੈਕਾਰਥੀ ਨੇ ਐਲਾਨ ਕੀਤਾ ਕਿ ਗਿਆਨੀ ਜਸਵਿੰਦਰ ਸਿੰਘ ਸਦਨ ਦੀ ਕਾਰਵਾਈ ਸ਼ੁਰੂ ਕਰਨਗੇ ਅਰਦਾਸ ਤੋਂ ਤੁਰੰਤ ਬਾਅਦ ਕਾਂਗਰਸਮੈਨ ਡੋਨਾਲਡ ਨੌਰਕ੍ਰਾਸ ਨੇ ਇਸ ਨੂੰ ਇਤਿਹਾਸਿਕ ਮੌਕਾ ਦੱਸਿਆ Today we are here for a very historic event Today for the first time ever in the history of US Congress the house session started with a Sikh prayer Jani Jaswinder Singh who's standing on my left he is the head priest of Sikh Gurdwara Pine Hill in New Jersey he is the one who offered the prayer 26 have been here in this country for more than 100 years it took us that long to get this prayer event so this is a very very happy occasion for the sikh community for the whole global sikh community ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ